ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਾਮ ਦਾ ਦੰਦ ਵਿੱਚ ਤੁਹਾਡਾ ਨਿੱਕਾ ਸਵਾਗਤ ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਮਿਠੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਅੱਜ ਦਿਨ ਹੈ ਜੀ ਸ਼ੁੱਕਰਵਾਰ ਤੇ ਤਰੀਕਾ ਹੈ 29 ਨਵੰਬਰ ਸੋ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਜੀ ਲੋ ਹੋਣਗੇ ਉਹਨਾਂ ਤੋਂ ਪਹਿਲਾਂ ਤੁਹਾਨੂੰ ਕੁਝ ਦੱਸ ਦਈਏ ਕਿ ਜੇਕਰ ਤੁਸੀਂ ਕਿਸੇ ਪ੍ਰਕਾਰ ਨਾਲ ਵੀ ਆਪਣੇ ਬਿਜ਼ਨਸ ਨੂੰ ਪ੍ਰੋਮੋਟ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 9780141741 ਤੇ ਕੂਪ ਟਰੱਕਨ ਹੈਵੀ ਇਕੁਪਮੈਂਟ ਰਿਪੇਅਰ ਜੋ ਟਰੱਕਾਂ ਦੇ ਫਰੇਮ ਡਰਾਈਵ ਐਕਸਲ ਸਟੀering ਐਕਸਲ ਡੰਪ ਟ੍ਰੇਲਰ ਬਾਕਸ ਨਵੀਂ ਟੈਕਨੀਕ ਨਾਲ ਤਕਲੀਮ ਨੂੰ ਸਿੱਧਾ ਕਰਦੇ ਨੇ ਸਟਰਕਚਰ ਸੇਫਟੀ ਵੀ ਕਰਦੇ ਨੇ ਲੋਕੇਸ਼ਨ ਹੈ ਜੀ 7405 ਕੈਂਪਲ ਸਟਰੀਟ ਮਿਸਰੀ ਸਾਗਾ ਤੇ ਦੂਜੀ ਲੋਕੇਸ਼ਨ ਹੈ 36.8 ਐਰਨ ਐਂਟੇਰੀਓਚ 9056713647 ਤੇ ਕਾਲ ਕਰਕੇ ਅਪਾਇੰਟਮੈਂਟ ਬਣਾ ਸਕਦੇ ਹੋ ਹਰ ਤਰ੍ਹਾਂ ਦੀ ਕੰਸਟਰਕਸ਼ਨ ਕਰਾਉਣ ਦੇ ਲਈ ਤੁਸੀਂ ਅਮਰੀਕਾ ਦੇ ਵਾਸ਼ਿੰਗਟਨ ਸਟੇਟ ਦੇ ਵਿੱਚ ਗੁਰਿੰਦਰ ਗਰੇਵਾਲ ਹੋਰਾਂ ਨੂੰ 2069415454 ਤੇ ਕਾਲ ਕਰ ਸਕਦੇ ਹੋ ਕਾਉਂਟਸ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਜਾਂ ਟੈਕਸ ਭਰਨ ਲੱਗਿਆ ਮੁਸ਼ਕਲ ਆ ਰਹੀ ਹੈ ਤਾਂ ਐਕਿਊਰੇਟ ਅਕਾਉਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਨਾਲ 253520886 ਤੇ ਕਾਲ ਕਰ ਸਕਦੇ ਹੋ ਵਾਸ਼ਿੰਗਟਨ ਫਰੇਟ ਸਰਵਿਸ ਉਹਨਾਂ ਆਪਰੇਟਰ ਤੇ ਡਰਾਈਵਰ ਹਾਇਰ ਕਰੀਏ ਜੀ ਚੰਗੇ ਬੋਨਸ ਦੇ ਨਾਲ-ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ ਜਗਦੇਵ ਸੰਧੂ ਘਰਾਂ ਨੂੰ 2532666924 ਜਾਂ ਗੁਰਵਿੰਦਰ ਢਾਲੀਵਾਲ ਨਾਲ 20635440 60 ਤੇ ਕਾਲ ਕਰ ਸਕਦੇ ਹੋ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਨੇ ਚਲੋ ਸਭ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਸਭ ਬਸ ਕਹਿੰਦੇ ਦਿਨ ਦੋ ਹੀ ਬਾਕੀ ਹੈ ਜਿਹੜਾ ਮਸਲਾ ਖੜਾ ਹੋਇਆ ਵਿਦਨ ਸਿੱਖ ਪੰਥ ਦੇ ਵਿੱਚ ਵੀ ਡੇਰਾ ਸਿੱਧਸੇ ਨੂੰ ਜੋ ਮਾਫੀ ਦੁਆਈ ਹੈ ਕੌਣ ਜ਼ਿੰਮੇਵਾਰ ਹੈ ਕਿਸ ਤਰ੍ਹਾਂ ਕਿ ਤੁਸੀਂ ਬੀਅੇ ਆਦਮੀਆਂ ਨੂੰ ਹੈਂਡਲ ਨਹੀਂ ਕਰ ਸਕੇ ਉਹਦੇ ਉੱਤੇ ਜਿਹੜਾ ਅਕਾਲੀ ਦਲ ਵਿਦਨ ਅਕਾਲੀ ਦਲ ਆਪਾਂ ਕਹਾਂਗੇ ਕਿ ਉਹ ਅਕਾਲ ਤੱਕ ਸਭ ਤੇ ਪੇਸ਼ ਹੁੰਦੇ ਆ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਹੁਣ ਉਸ ਦੇ ਉੱਤੇ ਫੈਸਲਾ ਆਉਣ ਦੀ ਉਮੀਦ ਹੈ ਕਹਿੰਦੇ 2 ਦਸੰਬਰ ਨੂੰ ਹਰ ਪਾਸੇ ਚਰਚਾ ਹੈ ਕਿ ਬਣੂਗੀ ਕੀ ਹੋ ਕਿਸ ਤਰ੍ਹਾਂ ਦਾ ਮਾਹੌਲ ਬਣੂ ਕੀ ਹੋਏਗਾ ਕੀ ਜਿਹੜਾ ਹੈ ਕਲਤਕ ਸਾਬ ਦੇ ਜਿਹੜੇ ਜਥੇਦਾਰ ਸਹਿਬਾਨ ਨੇ ਤਖਤਾਂ ਦੇ ਜਥੇਦਾਰ ਸਹਿਬਾਨ ਨੇ ਉਹ ਕਿਸ ਤਰ੍ਹਾਂ ਦਾ ਜਿਹੜਾ ਆਪਾਂ ਸਮਝੀਏ ਵੀ ਤੁਹਾਡੇ ਮੁਤਾਬਕ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਬਣ ਚੁੱਕਿਆ ਹੈ। ਅ ਦਾਨੀੜੇ ਸੌਪੈ ਦੀ ਗੱਲ ਤਾਂ ਇਹ ਕਿ ਹੋਊਗਾ ਕੀ? ਹੂੰ। ਇਹ ਤਾਂ ਸਿੰਘ ਸਹਿਬਾਨ ਜਿਨ੍ਹਾਂ ਨੇ ਸਜ਼ਾ ਲਾਉਣੀ ਆ ਉਹ ਜਾਣ ਉਹਨਾਂ ਨੂੰ ਪਤਾ ਹੈ। ਸਜ਼ਾ ਦੀ ਮਾਤਰਾ ਕੀ ਹੋਣੀ ਹੈ, ਸਜ਼ਾ ਕਿਹੋ ਜੀ ਹੋਣੀ ਹੈ, ਧਾਰਮਿਕ ਹੋਣੀ ਹੈ, ਸਿਆਸੀ ਹੋਣੀ ਹੈ। ਔਰ ਜਿਹੜੀ ਹੈ ਕੀ ਹੈ ਤੁਹਾਡੀ ਸਮਾਜਿਕ ਹੋਣੀ ਹੈ ਤਾਂ ਉਹਨਾਂ ਨੇ ਦੇਖਣੀ ਹੈ। ਪਰ ਜਿੱਥੋਂ ਤੱਕ ਇਹ ਮਾਮਲੇ ਦਾ ਸਬੰਧ ਹੈ ਜੀ ਸਿੰਘ ਸਹਿਬਾਨ ਨੂੰ ਵੀ ਇਹ ਲੱਗਦੀ ਹੈ ਕਿ ਜੇ ਅਸੀਂ ਕੋਈ ਫੈਸਲਾ ਸਖਤ ਕਰਾਂਗੇ ਜੀ ਹੋ ਸਕਦਾ ਵੀ ਉੱਥੇ ਕਿਸੇ ਕਿਸਮ ਦਾ ਹੱਲਾ ਗੁੱਲਾ ਹੋਵੇ ਹੂੰ ਹੂੰ ਸਾਡੇ ਸੁਣਨ ਵਾਲੇ ਸੋਚਦੇ ਹੋਣਗੇ ਕਿ ਅਕਾਲ ਤਖਤ ਸਾਹਿਬ ਤੇ ਕੀ ਸੰਭਵ ਹੈ ਵੀ ਹੱਲਾ ਗੁੱਲਾ ਹੋ ਜਾਏ ਸੰਭਵ ਹੈ ਜੀ ਜੀ ਸੰਭਵ ਹੈ ਸੰਭਵ ਹੈ ਹੋ ਸਕਦਾ ਹੂੰ ਹੂੰ ਉਹਦੀਆਂ ਆਪਾਂ ਮਸਾਲਾਂ ਦੇਖ ਸਕਦੇ ਹਾਂ ਜੀ ਕਿਉਂਕਿ ਜਿਹੜੀ ਅਕਾਲ ਤਖਤ ਸਭ ਦੇ ਜੱਥੇਦਾਰ ਸਾਹਿਬ ਦੇ ਨਿੱਜੀ ਸਹਾਇਕ ਨੇ ਜੀ ਪੱਤਰ ਲਿਖਿਆ ਜਿੰਨੇ ਵੀ ਬੰਦਿਆਂ ਨੂੰ ਬੁਲਾਇਆ ਗਿਆ ਉਹਨਾਂ ਸਾਰਿਆਂ ਨੂੰ ਪੱਤਰ ਭੇਜਿਆ ਹੂੰ ਹੂੰ ਉਹਦੇ ਵਿੱਚ ਉਹਨਾਂ ਨੇ ਲਿਖਿਆ ਸਾਰਿਆਂ ਨੂੰ ਕਿ ਕਿਸੇ ਕਿਸਮ ਦੀ ਹੁੱਲੜਬਾਜੀ ਨਹੀਂ ਹੋਣੀ ਚਾਹੀਦੀ ਜੀ ਅਗਰ ਕੋਈ ਹੁੱਲੜਬਾਜੀ ਹੋਈ ਜੀ ਕੋਈ ਹੰਗਾਮਾ ਹੋਇਆ ਤੇ ਇਹਦੇ ਲਈ ਤੁਸੀਂ ਆਪਣੇ ਪੱਧਰ ਤੇ ਜ਼ਿੰਮੇਵਾਰ ਹੋਮ ਹੋਗੇ ਹੂੰ ਹੂੰ ਹੁਣ ਸਵਾਲ ਇਹ ਪੈਦਾ ਹੁੰਦਾ ਨੇ ਉਹਨੂੰ ਲਿਖਣ ਦੀ ਲੋੜ ਕਿਉਂ ਪਈ ਜੀ ਇਹ ਵੀ ਦੇਖਣਾ ਇਹ ਦੇਖਣ ਵਾਲੀ ਗੱਲ ਹੈ ਇੱਕ ਤਾਂ ਤੁਸੀਂ ਇਹ ਲੇਟੈਸਟ ਜਿਹੜੀ ਹੋਈ ਹੈ ਉਹ ਹੈ ਬਿਰਸਾ ਸਿੰਘ ਬਲਟੋਹਾ ਲਈ ਕਟਣਾ ਹੂੰ ਜਦੋਂ ਬਿਰਸਾ ਸਿੰਘ ਬਲਟੋਹਾ ਸਿੰਘ ਸਾਹਿਬ ਨੂੰ ਮਿਲ ਵਾਸਤੇ ਗਿਆ ਗਿਆ ਨਿਰਗਵੀਰ ਸਿੰਘ ਹੋਰਾਂ ਨੂੰ ਉਹ ਕਹਿੰਦੇ ਮੈਂ ਗਿਆ ਤਾਂ ਉਹਨਾਂ ਦੀ ਖਬਰ ਲੈਣ ਸੀ ਪਰ ਖਬਰ ਲੈਣ ਗਏ ਨਹੀਂ ਜੋ ਗੱਲਬਾਤ ਹੋਈ ਹੈ ਸਾਰੀ ਰਿਕਾਰਡਿੰਗ ਕਰ ਲਈ ਕਹਿੰਦੇ ਫੋਨ ਮੇਰਾ ਰਿਕਾਰਡਿੰਗ ਤੇ ਲੱਗਿਆ ਰਹਿੰਦਾ ਹੈ ਤੇ ਮੈਂ ਉਹਨੂੰ ਕਟਣਾ ਭੁੱਲ ਗਿਆ ਤੇ ਮੈਂ ਉਹਨੂੰ ਡਿਲੀਟ ਕਰਨਾ ਭੁੱਲ ਗਿਆ ਤੇ ਜਦੋਂ ਸਿੰਘ ਸਾਹਿਬ ਨੇ ਕਿਹਾ ਵੀ ਤੂੰ ਜਿਹੜੀ ਉਹ ਤੁਸੀਂ ਕਿਸੇ ਨੂੰ ਸੁਣਾਈ ਹੋਣੀ ਹੈ ਨਾ ਤਾਂ ਹੀ ਸਿੰਘ ਸਾਹਿਬ ਨੂੰ ਪਤਾ ਲੱਗਾ ਹਾਂ ਹਾਂ ਗੱਲਾਂ ਉੱਥੇ ਕੀ ਹੋਈਆਂ ਕੀ ਕਲਾ ਸਿੰਘ ਸਾਹਿਬ ਨੂੰ ਆਮ ਗੱਲਾਂ ਬਾਤਾਂ ਕਰਕੇ ਉਹਨਾਂ ਦੀ ਰਿਕਾਰਡਿੰਗ ਕੀਤੀ ਹੈ ਜਾਂ ਸਿੰਘ ਸਾਹਿਬ ਨੂੰ ਕੋਈ ਬਦਲ ਜਿਹੜੇ ਹੈਗੇ ਸਬਕ ਭਾਸ਼ਾ ਦੇ ਵਿੱਚ ਕੋਈ ਦਬਕਾ ਮਾਰਿਆ ਮਾਰਿਆ ਹਾਂ ਠੀਕ ਹੈ ਉਹਦਾ ਨਤੀਜਾ ਹੋਇਆ ਕਿ ਉਹਨਾਂ ਨੂੰ ਬੁਲਾਇਆ ਗਿਆ ਬਿਰਸਾ ਸਿੰਘ ਹੋਰਾਂ ਨੂੰ ਜੀ ਬਿਰਸਾ ਸਿੰਘ ਹੋਰਾਂ ਨੇ ਉੱਥੇ ਆ ਕੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਉਹ ਤੋਂ ਸੰਤੁਸ਼ਟ ਨਹੀਂ ਹੋਏ ਸਿੰਘ ਸਹਿਬਾਨ ਤੇ ਉਹਨਾਂ ਨੇ ਉਹਦੇ ਹੀ ਅਕਾਲੀ ਦਲ ਨੂੰ ਇਹ ਹੁਕਮ ਦਿੱਤਾ ਵੀ ਇਹਨੂੰ ਕਿ ਬਿਰਸਾ ਸਿੰਘ ਮੋਹਰਾਂ ਨੂੰ 10 ਸਾਲਾਂ ਦੇ ਲਈ ਅਕਾਲੀ ਦਲ ਚੋਂ ਕੱਢਿਆ ਜਾਵੇ ਆਹ ਕਰਮਚੀ ਜੀ ਅਕਾਲੀ ਦਲ ਦੇ ਵਿੱਚ ਔਰ ਅਕਾਲੀ ਦਲ ਨੇ ਵੀ ਮੌਕਾ ਸੰਭਾਲਿਆ ਤੇ ਬਿਰਸਾ ਸਿੰਘ ਬਲਟੋਹਾ ਨੇ ਵੀ ਮੌਕਾ ਸੰਭਾਲਿਆ ਹੂੰ ਇਹ ਨੌਬਤੀ ਨਹੀਂ ਹਉਣ ਦਿੱਤੀ ਜਾ ਕਿ ਉਹਨੂੰ ਕੱਢਿਆ ਜਾਵੇ ਜੀ ਉਹਨੇ ਆਪਣੇ ਆਪ ਹੀ ਅਸਤੀਫਾ ਦਿੱਤਾ ਅਸਤੀਫਾ ਦਿੱਤਾ ਹੁਣ ਇਹ ਹੈ ਕਿ ਸਿੰਘ ਸਹਿਬਾਨ ਨੇ ਜਿਹੜਾ ਇਹਨਾਂ ਸਖਤ ਫੈਸਲਾ ਲਿਆ ਜੀ ਇਹਦੇ ਦੇ ਫਿਰ ਪ੍ਰਤੀਕਰਮ ਕੀ ਹੋਇਆ ਹੂੰ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਉਹ ਗਲਾ ਪਰ ਆਏ ਕਿ ਜੀ ਮੈਨੂੰ ਤਾਂ ਅਵਤਵਾਬੋ ਨੇ ਜੀ ਮੇਰੀ ਜਾਤ ਪਰਖੀ ਗਈ ਹੈ ਮੇਰੇ ਗੱ ਬੱਚਿਆਂ ਤੱਕ ਨੂੰ ਨਹੀਂ ਬਖਸ਼ਿਆ ਹੂੰ ਹੂੰ ਅਜੀਆਂ ਗੱਲਾਂ ਕਹੀਆਂ ਤੇ ਉਹਨੇ ਕਿਹਾ ਜੀ ਮੈਂ ਤਾਂ ਅਸਤੀਫਾ ਦੇਣਾ ਜੀ ਅਸਤੀਫਾ ਮੈਂ ਦੇਤਾ ਇਹ ਅਸਤੀਫਾ ਲਿਖਤੀ ਪੜਤੀ ਕੋਈ ਨਹੀਂ ਦਿੱਤਾ ਉਹੀ ਉਹੀ ਬਸ ਦੇਤਾ ਬਸ ਵੀਡੀਓ ਰੱਖੀ ਦਿੱਤਾ ਤੇ ਨਾਲ ਦੀ ਨਾਲ ਹੀ ਵੀਡੀਓ ਰਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਚਤਾਵਨੀ ਵੀ ਦਿੱਤੀ ਜੀ ਅਕਾਲੀ ਦਲ ਨੂੰ ਆਹ ਸੌਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਜੇ ਇਹ ਅਸਤੀਫਾ ਇਹਨਾਂ ਦਾ ਪ੍ਰਵਾਨ ਕੀਤਾ ਤਾਂ ਅਸੀਂ ਵੀ ਅਸਤੀਫਾ ਦੇ ਜਾਵਾਂਗੇ ਹਾਂ ਜੀ ਹੁਣ ਤੁਸੀਂ ਸੋਚੋ ਹਾਲਾਤ ਚ ਕੀ ਹੁੰਦਾ ਜੀ ਤਿੰਨੇ ਸਿੰਘ ਸਹਿਬਾਨ ਜੀ ਅਸਤੀਫਾ ਦੇ ਜਾਂਦੇ ਹੂੰ ਹੂੰ ਤਾਂ ਜੋ ਕੁਝ ਬਚਿਆ ਉਹ ਵੀ ਨਹੀਂ ਸੀ ਵਚਨਾ ਫਿਰ ਇਹ ਗੱਲ ਹੋਣੀ ਸੀ ਕਿ ਇਹਨਾਂ ਨੇ ਤਾਂ ਜੀ ਅਕਾਲ ਤਖਸਾਹ ਨੂੰ ਚੁਣੌਤੀ ਦਿੱਤੀ ਜੀ ਇਹ ਅਕਾਲੀ ਦਲ ਲਈ ਇੱਕ ਬਹੁਤ ਵੱਡਾ ਇਮਤਿਹਾਨ ਸੀ ਔਰ ਬੜੀ ਬਾਖੂਬੀ ਇਸ ਇਮਤਿਹਾਨ ਦੇ ਵਿੱਚੋਂ ਪਾਸ ਨਿਕਲੇ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਉਹਦੀ ਕਹਦੇ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ ਅਸੀਂ ਅਸਤੀਫਾ ਪ੍ਰਵਾਨ ਕਰੀਗੇ ਹੂੰ ਤੇ ਉਹਨਾਂ ਨੇ ਕਿਹਾ ਜੀ ਅਸਤੀਫਾ ਕੋਈ ਪ੍ਰਵਾਨ ਨਹੀਂ ਕਰਨਾ ਤੁਹਾਡਾ ਬਸ ਤੁਸੀਂ ਚੁੱਪ ਕਰਕੇ ਆਪਦੇ ਕੰਮ ਕਰਦੇ ਰਹੋ ਅਸੀਂ ਤੁਹਾਡਾ ਮਾਨ ਸਤਕਾਰ ਕਰਦੇ ਜੀ ਔਰ ਤੁਸੀਂ ਦੇਖੋ ਕਿੰਨੀ ਕਾਲੀ ਦੇ ਵਿੱਚ ਉਹਨਾਂ ਨੂੰ ਇਹ ਕੰਮ ਕਰਨਾ ਪਿਆ ਕਿ ਉਹਨਾਂ ਨੇ ਆਪ ਦੇ ਸਿਰ ਤੇ ਦਸਤਾਰ ਵੀ ਨਹੀਂ ਸੀ ਬਣੀ ਹੋਈ ਹੂੰ ਹੂੰ ਹੁਣ ਇਹ ਵੀ ਇਹ ਜਿਹੜਾ ਸਾਰਾ ਕੁਝ ਵਾਪਰਿਆ ਇਹਦੀ ਪਿਠਭੂਮੀ ਕੀ ਹੈ ਜੀ ਇਹਦਾ ਬੇਸ ਕੀ ਹੈ ਮੈਂ ਦਾਨੇੜੀਆ ਸਭ ਲੈ ਕੇ ਜਾਉ ਤੁਹਾਨੂੰ 1994 ਚ ਜੀ 1994 ਦੇ ਵਿੱਚ ਸਾਰੇ ਅਕਾਲੀ ਦਲਾਂ ਨੂੰ ਇਕੱਠੇ ਕਰਨ ਦੀ ਮੂਵ ਚੱਲੀ ਸੀ ਠੀਕ ਹੈ ਜੀ ਉਹਨਾਂ ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸੀ ਪ੍ਰੋਫੈਸਰ ਮਨਜੀਤ ਸਿੰਘ ਜੀ ਬਾਕੀ ਸਾਰੇ ਮੰਨ ਗਏ ਸੀ ਬਾਦਲ ਸਾਹਿਬ ਥੋੜਾ ਜਿਆ ਕਹਿੰਦੇ ਸੀ ਜੀ ਮੈਂ ਆਪਣੀ ਪਾਰਟੀ ਨਾਲ ਇਹ ਮਸ਼ਵਰਾ ਕਰ ਰਹੇ ਜੀ ਪਾਰਟੀ ਨਾਲ ਕੀ ਕਰਨਾ ਬੜੀਆਂ ਤਜਵੀਜ਼ਾਂ ਚੱਲੀਆਂ ਸੀ ਜੀ ਮੈਂ ਆਪਣੇ ਪਦਰ ਤੇ ਨਹੀਂ ਕਰ ਸਕਦਾ ਜੀ ਪਾਰਟੀ ਨੂੰ ਡਿਸਬੈਂਡ ਕਰ ਦਿਓ ਵਗੈਰਾ ਵਗੈਰਾ ਅਲਟੀਮੇਟਲੀ ਉਹਨਾਂ ਨੇ ਹੁਕਮ ਦਿੱਤਾ ਕਿ ਆਓ ਜੀ ਤੁਸੀਂ ਤਖਤ ਸਾਹਿਬ ਤੇ ਪੇਸ਼ ਹੋ ਜੇ ਆਪਾਂ ਗੱਲਬਾਤ ਕਰਨੀ ਹੈ ਦਾਨੀ ਵਾਲੀ ਜੀ ਤੁਹਾਡੇ ਯਾਦ ਹੋਵੇ ਉਦੋਂ 7-8 ਹਜ਼ਾਰ ਬੰਦਾ ਬਾਦਲ ਸਾਹਿਬ ਦੇ ਨਾਲ ਚਲਾ ਗਿਆ ਸੀ ਹਾਂ ਚਲਾ ਗਿਆ ਸੀ ਬਹੁਤ ਕੁਝ ਹੋਇਆ ਜਿਹੜਾ 7-8000 ਬੰਦਾ ਚਲਾ ਗਿਆ ਸੀ ਕੁਝ ਤਾਂ ਉੱਥੇ ਚਲੋ ਧਾਰਮਿਕ ਆਪਣੀਆਂ ਭਾਵਨਾਵਾਂ ਮਤ ਸੰਤੁਸ਼ਟ ਕਰਨ ਲੱਗੇ ਆਪਣੇ ਤੁਹਾਡੇ ਇਹ ਕੀ ਹੈ ਪ੍ਰਕਰਮਾ ਕਰਨ ਲੱਗੇ ਕੁਝ ਹੋਮੇ ਨੂੰ ਪੱਠੇ ਪਾਉਣ ਲੱਗੇ ਕੁਝ ਹੋਮੇ ਨੂੰ ਪੱਠੇ ਪੈਣ ਲੱਗੇ ਇੱਕ ਤੋਂ ਬੰਦੇ ਹਮਲਾਵਰ ਵੀ ਹੋ ਗਏ ਜੀ ਜਿਨ੍ਹਾਂ ਨੇ ਜਾ ਕੇ ਜਿੱਥੇ ਮੀਟਿੰਗ ਹੋ ਰਹੀ ਸੀ ਤਖਤਿਆਂ ਦੇ ਵਿੱਚ ਲੱਤਾਂ ਮਾਰੀਆਂ ਸੀ ਜੀ ਹਾਂ ਬਿਲਕੁਲ ਪੈਰ ਮਾਰੇ ਸੀ ਭੰਨਣ ਦੀ ਕੋਸ਼ਿਸ਼ ਕੀਤੀ ਬਿਲਕੁਲ ਬਿਲਕੁਲ ਹੁਣ ਉਹ ਜਿਹੜਾ ਹੈਗਾ ਸਿਲਸਿਲਾ ਸਿੰਘ ਸਹਿਬਾਨ ਨੂੰ ਤਾਂ ਪਤਾ ਨਾ ਉਹਨਾਂ ਰਿਕਾਰਡ ਅਸਰਗੇ ਨਹੀਂ ਰਿਕਾਰਡ ਹੈ ਬਿਲਕੁਲ ਵੀ ਆ ਕੁਝ ਹੋਇਆ ਤੇ ਕੱਲ ਨੂੰ ਇਹ ਕੁਝ फेर ਦੁਹਰਾਇਆ ਵੀ ਜਾ ਸਕਦਾ ਹੈ ਹੂੰ ਹੂੰ ਇਹੀ ਕਾਰਨ ਹੈ ਕਿ ਸਿੰਘ ਸਹਿਬਾਨ ਨੇ ਕਿਸਮ ਦੀ ਚੇਤਾਵਨੀ ਦਿੱਤੀ ਕਿ ਭਾਈ ਅਜੇਹਾ ਕੁਝ ਨਾ ਹੋਵੇ ਜੀ ਉਹਨਾਂ ਦਾ ਮਤਲਬ ਟੇਡੇ ਟੈਗ ਨਾਲ ਕਿ ਪੀੜਾ ਲੈ ਕੇ ਨਾ ਆਇਓ ਪੀੜਾ ਲੈ ਕੇ ਨਾ ਆਇਓ ਵੀ ਇੱਥੇ ਹਾਂ ਤੁਸੀਂ ਆਪਣੇ ਆਪ ਆਇਓ ਤੇ ਆ ਕੇ ਆਪਣੀ ਗੱਲ ਮੰਨਿਓ ਹੂੰ ਹੂੰ ਇਹੀ ਕਾਰਨ ਹੈ ਕਿ ਨਾਲ ਦੀ ਨਾਲ ਹੀ ਦੂਜੇ ਨੇ ਜਿਹੜੇ ਆਪਣੇ ਹੈਗੇ ਸੁਧਾਰਦਲਾਹਰ ਵਾਲੇ ਹਾਂ ਹਾਂ સુધાર લહેર ਵਾਲੇ ਜਿੰਨੇ ਵੀ ਲੀਡਰ ਹੈ ਉਹਨਾਂ ਸਾਰੇ ਲੀਡਰਾਂ ਨੇ ਆਪਣੇ ਅਸਤੀਫੇ ਦੇ ਦਿੱਤੇ ਜਿਨ੍ਹਾਂ ਨੂੰ ਬੁલાਇਆ ਤੇ ਅਸਤੀਫੇ ਪ੍ਰਵਾਨ ਵੀ ਕਰ ਲਏ ਆਪਣੇ ਬਡਾਲਾ ਸਾਹਿਬ ਨੇ ਬਡਾਲਾ ਸਾਹਿਬ ਨੇ ਕਿਉਂਕਿ ਬਡਾਲਾ ਸਾਹਿਬ ਉਸ ਵੇਲੇ ਨਾ ਤਾਂ ਐਮ ਐਲ ਏ ਸੀ ਹੂੰ ਹੂੰ ਮੇਰਾ ਖਿਆਲ ਨਾ ਹੀ ਇਹ ਬਡਾਲਾ ਸਾਹਿਬ ਉਸ ਵੇਲੇ ਵਜ਼ੀਰ ਸੀ ਤਾਂ ਹੋਣੀ ਕੀ ਸੀ ਤੇ ਨਾ ਹੀ ਉਹ ਕੋਰ ਕਮੇਟੀ ਸੀ ਬਿਲਕੁਲ ਬਿਲਕੁਲ ਜੀ ਕੱਲੇ ਬਡਾਲਾ ਸਾਹਿਬ ਹੈ ਜਿਹੜੀ ਉਸ ਆਪਾਂ ਕਹਾਂਗੇ ਦੌਰ ਦੇ ਜਿਹੜੇ ਬਚੇ ਹੋਏ ਉਹਨਾਂ ਨੇ ਬਾਕੀਆਂ ਦੇ ਅਸਤੀਫੇ ਪ੍ਰਵਾਨ ਕਰਦੇ ਜਾਂ ਵੀ ਵੀ ਜਗੀਰ ਕੌਰ ਹੈ ਕਿਉਂਕਿ ਜ਼ਗੀਰ ਕੌਰ ਨੂੰ ਮੌਕਾ ਹੀ ਨਹੀਂ ਮਿਲਿਆ ਸੀਗਾ ਬਾਕੀ ਸਾਰੇ ਉਸ ਲਾਈਨ ਦੇ ਵਿੱਚ ਆ ਗਏ ਜੀ ਉਹਨਾਂ ਨੇ ਆਪਣੇ ਅਸਤੀਫੇ ਪ੍ਰਵਾਨ ਕਰਵਾ ਲਏ ਐ ਇਧਰਲੇ ਪਾਸੇ ਉਸਤੀਫੇ ਕਿਸ ਨੇ ਹਾਲੇ ਦਿੱਤੇ ਨਹੀਂ ਸਿਵਾਏ ਸੁਖਵੀਰ ਸਿੰਘ ਬਦਲ ਤੋਂ ਠੀਕ ਹੈ ਜੀ ਸੋ ਹੁਣ ਜਿਹੜੀ ਅਗਲੀ ਕਹਾਣੀ ਹੈ ਜੀ ਉਹ ਇੱਕ ਨਵੀਂ ਵਾਰਤ ਲਿਖੀ ਹੈ ਜੀ ਅੱਛਾ ਜੀ ਉਹ ਜਾਣਗੇ ਕਿ ਆਹ ਲੋਜੀ ਸਿੰਘ ਨਮਾਣੇ ਸਿੱਖ ਵਜੋਂ ਆਗੇ ਸੁਖਵੀਰ ਸਿੰਘ ਬਦਲ ਵੀ ਜਾਊਗਾ ਵੀ ਮੈਂ ਨਮਾਣੇ ਸਿੱਖ ਵਜੋਂ ਜਿਹੜੇ ਬਾਕੀ ਹੈਗੇ ਆ ਤੁਹਾਡੇ ਚੀਮਾ ਸਾਹਿਬ ਤੇ ਵਗੈਰਾ ਇਹ ਕੀ ਕਰਨ ਗਈ ਜਾ ਤਾਂ ਇਹਨਾਂ ਨੂੰ ਦੋ ਤੋਂ ਪਹਿਲਾਂ ਪਹਿਲਾਂ ਗੱਲ ਕਰਨੀ ਪੈਣੀ ਹਾਂਜੀ ਹਾਂਜੀ ਜੇ ਨਾ ਕਰਨਗੇ ਫੇਰ ਕਿਤੇ ਨਾ ਕਿਤੇ ਹੋਮੇ ਵਾਲੀ ਗੱਲ ਆ ਜਾਣੀ ਆ ਜਾਣੀ ਸੋ ਅਗਲੀ ਗੱਲ ਜਿਹੜੀ ਹੈਗੀ ਉੱਥੇ ਹੋਊਗਾ ਕੀ ਜੀ ਮੈਂ ਅੱਜ ਇੱਕ ਵੀਡੀਓ ਚ ਦੇਖ ਰਿਹਾ ਸੀ ਹੂੰ ਹੂੰ ਵਿਕਰਮ ਸਿੰਘ ਮਜੀਠੀਆ ਜੀ ਉਹ ਕੋਈ ਇੰਟਰਵਿਊ ਦੇ ਰਿਹਾ ਸੀ ਵਿਕਰਮ ਸਿੰਘ ਮਜੀਠੀਆ ਕਹਿੰਦਾ ਵੀ ਮੈਂ ਦੇਵਨ ਤੋਂ ਇਸ ਕਾਲ ਦੇ ਹੱਕ ਵਿੱਚ ਸੀ ਕਿ ਜਿਮਨੀ ਚੋਣਾ ਦਾ ਬਾਈਕਟ ਨਾ ਕੀਤਾ ਜਾਵੇ ਠੀਕ ਹੈ ਇਹ ਚੋਣਾ ਲੜੀਆਂ ਜਾਣ ਪਰ ਕਹਿੰਦਾ ਪਾਰਟੀ ਨੇ ਫੈਸਲਾ ਕਰ ਲਿਆ ਹੂੰ ਉਹ ਕਹਿੰਦੇ ਜੇ ਜਰਨੈਲ ਹੀ ਚੋਣ ਨਹੀਂ ਲੜੂਗਾ ਤਾਂ ਅਸੀਂ ਨਹੀਂ ਲੜਦੇ ਹਾਂ ਜੇ ਜਰਨੈਲ ਨੂੰ ਕਹਿੰਦੇ ਚੋਣ ਚਲੋ ਨਹੀਂ ਲੜਨ ਦੀ ਇਜਾਜ਼ਤ ਸੀ ਕੋਈ ਬਾਕੀ ਤਾਂ ਸਾਰੇ ਸੀਗੇ ਬਾਕੀ ਤਾਂ ਸੀਗੇ ਉਹ ਕਹਿੰਦੇ ਵੀ ਸਾਡਾ ਨੁਕਸਾਨ ਹੋਇਆ ਇਹ ਗੱਲ ਵੀ ਉਹਨਾਂ ਨੇ ਕਹੀ ਸਹੀ ਕਹਿ ਉਹਨਾਂ ਨੇ ਹਾਂ ਦੂਜੀ ਗੱਲ ਉਹਨਾਂ ਨੇ ਕਿਹਾ ਕਹਿੰਦਾ ਯਾਰ ਅਸੀਂ ਕਿੱਥੇ ਜਾਣਾ ਕੀ ਨਹੀਂ ਜਾਣਾ ਸਾਰੇ ਇੱਕਾ ਤਾਂ ਹੋਈ ਜਾਣੇ ਐਤੋਂ ਬਾਅਦ ਏਕਾ ਹੋ ਜਾਣੇ ਇੱਥੋਂ ਹੁੰਦਾਨ ਵਾਲੀ ਸਭੇ ਲੱਗਦਾ ਕਿ ਪਿਛਲੇ ਲੰਬੇ ਸਮੇਂ ਤੋਂ ਮਜੀਠੀਆ ਸਾਹਿਬ ਜਿਹੜੇ ਹੈਗੇ ਰਿਸ਼ਤੇਦਾਰੀ ਦੀ ਰੂਪ ਪਾਲਦੇ ਹਾਂ ਇਹ ਇਹ ਜਿਤ ਵੀ ਕਰਦੇ ਆ ਲੇਕਿਨ ਉਹਨਾਂ ਦਾ ਬਖਰੀਮਾ ਹੈਗਾ ਵਿਚਾਰਕ ਬਖਰੀਮਾ ਹੈਗਾ ਲਾਈਨ ਹੈਗੀ ਪਾਸੇ ਵਾਲੀ ਲਾਈਨ ਉਹਡ ਆਊਟ ਕਰਦੇ ਉਹਨਾਂ ਦਾ ਤਾਲਮੇਲ ਜਿਹੜਾ ਹੈਗਾ ਉਹ ਸੁਧਾਰ ਵਾਲਿਆਂ ਨਾਲ ਵੀ ਹੈਗਾ ਸਾਰਿਆਂ ਨਾਲ ਹੀ ਅਕਾਲੀ ਸੁਧਾਰ ਵਾਲਿਆਂ ਨਾਲ ਹਾਂ ਬਾਕੀਆਂ ਨਾਲ ਤਾਂ ਕੋਈ ਘੱਟ ਹੋਵੇ ਵੱਧ ਹੋਵੇ ਲੇਕਿਨ ਮਨਪ੍ਰੀਤ ਸਿੰਘ ਯਾਲੀ ਨਾਲ ਉਹਨਾਂ ਦਾ ਜੇਰਾਨਾ ਵੀ ਆ ਵਿਆਹ ਦੇ ਉੱਤੇ ਇਕੱਠੇ ਹੋਏ ਪੂਰੀ ਵਧੀਆ ਨਾਲ ਇੱਕ ਵਿਆਹ ਤੇ ਹੋਏ ਆ ਇਕੱਠੇ ਭੰਗੜੇ ਪਾਏ ਆ ਤੇ ਨਾ ਪ੍ਰਤਾਪ ਸਿੰਘ ਬਾਜਵਾਨਾਂ ਬੈ ਕੇ ਰੋਟੀ ਵੀ ਖਾਦੀ ਹੈ ਇਕੱਠੀ ਬੈਠੇ ਨੇ ਚਲੋ ਰੋਟੀ ਪਾਣੀ ਦਾ ਖਾਣਾ ਕੋ ਬਰਾਬਰ ਦੇ ਐਮ ਐਲ اے ਹੈ ਕਿ ਦੂਜੇ ਨਾ ਹਾਂ ਬਿਲਕੁਲ ਹੁੰਦਾ ਚੱਲਦਾ ਹੈ ਮਤਲਬ ਜੇ ਹੁਣ ਇਸ ਕਿਸਮ ਦੇ ਹਾਲਾਤ ਮੰਨਦੇ ਤਾਂ ਮੈਨੂੰ ਜਿਹੜੀ ਮੇਰੀ ਸਮਝ ਹੈ ਜੀ ਜਿੰਨੀ ਇੱਕ ਮੈਨੂੰ ਸੂਝੀ ਹੈਗੀ ਹੈ ਉਹ ਇਹ ਹੈ ਕਿ ਇੱਥੇ ਬਚਦਾ ਕੋਈ ਨਹੀਂ ਸਕਦਾ ਠੀਕ ਹੈ ਜੀ ਸਜ਼ਾ ਮਿਲਨੀ ਹੈ ਸਾਰਿਆਂ ਨੂੰ ਠੀਕ ਹੈ ਜੀ ਚਾਹੇ ਸੁਧਾਰ ਲੈਰ ਚਲੇ ਗਏ ਜਿਹੜੇ ਉਸ ਵੇਲੇ ਮਤਲਬ ਜਿਹੜੇ ਸੀ ਉੱਪਰ ਦੀਆਂ ਪੋਜੀਸ਼ਨਾਂ ਤੇ ਸੀ ਜੀ ਉਹ ਚਾਹੀ ਸੁਧਾਰ ਲੈਰ ਚਲੇ ਜਾਂਦੇ ਚਾਹੇ ਬਾਹਰ ਲੈਰ ਚਲੇ ਜਾਣ ਜੀ ਉਹ ਵੀ ਆਉਣਗੇ ਹੂੰ ਹੂੰ ਸੁਖਵੀਰ ਸਿਓ ਬਾਦਲ ਮੰਨ ਚੁੱਕੇ ਜੀ ਕਿ ਜੀ ਸਾਰਾ ਕੁਝ ਮੇਰੇ ਝੋਲੀ ਚ ਪਾ ਦਿਓ ਹੂੰ ਹੂੰ ਪਰ ਜਿਹੜੀ ਚਿੱਠੀ ਲਿਖੀ ਹੈ ਜੀ ਥੱਲੇ ਕਿ ਤੁਸੀਂ ਆ ਨਹੀਂ ਕਰਨ ਤੇ ਉਹਦੇ ਵਿੱਚ ਲਿਖਿਆ ਨਾ ਜਿਹੜਾ ਦੋ ਚੀਜ਼ਾਂ ਲਿਖਣੀਆਂ ਉਹਦੇ ਵਿੱਚ ਲਿਖਿਆ ਵੀ ਪਿਛਲੇ ਅਰਸੇ ਦੌਰਾਨ ਜੋ ਵੱੱਜਰ ਗੁਨਾਹ ਹੋਏ ਜੀ ਆਹ ਸ਼ਬਦ ਵੱੱਜਰ ਗੁਨਾਹ ਹੈ ਨਾ ਜਿਹੜਾ ਬੜਾ ਸਖਤ ਹੈ ਇਹ ਬਹੁਤ ਸਖਤ ਹੈ ਹਾਂ ਦੂਜਾ ਇਹ ਗੱਲ ਕਹਿ ਕਿ ਨਾ ਵੱੱਜਰ ਜੋ ਜਿਹੜੇ ਪਿਛਲੇ ਸਮੇਂ ਦੇ ਵਿੱਚ ਜੋ ਕੰਮ ਹੋਇਆ ਉਹਦੇ ਨਾਲ ਜੀ ਪੰਥ ਦੀ ਜਿਹੜੀ ਸਿਆਸੀ ਤਾਕਤ ਹੈ ਉਹ ਕਮਜ਼ੋਰ ਹੋਈ ਹੈ ਉਹ ਕਮਜ਼ੋਰ ਹੋਈ ਹੈ ਉਹ ਕਾਲੀ ਜਿਹੀ ਸਿਆਸੀ ਤਾਕਤ ਤਾਂ ਹੋ ਰਹੀ ਕੋਈ ਬਿਲਕੁਲ ਬਿਲਕੁਲ ਇਹਨਾਂ ਦੋਨਾਂ ਗੱਲਾਂ ਤੋਂ ਮੈਨੂੰ ਲੱਗਦੀ ਹੈ ਕਿ ਤੁਸੀਂ ਸਾਰੇ ਜਿੰਮੇਵਾਰ ਹੋ ਜੀ ਹੂੰ ਤੇ ਬੱਜਰ ਗੁਨਾਹਾਂ ਵਾਲੇ ਨੂੰ ਥੋੜੀ ਜਿਹੀ ਵੱਧ ਸਜ਼ਾ ਮਿਲ ਜੂਗੀ ਸੂਚਨ ਨੂੰ ਕੱਟ ਦੇ ਜੂਗੀ ਉਹ ਸਜ਼ਾ ਕੁਝ ਵੀ ਹੋ ਸਕਦੀ ਹੈ ਇਹ ਤਾਂ ਨਹੀਂ ਆਪਾਂ ਕਹਿੰਦੇ ਵੀ ਕੀ ਕਰਨਗੇ ਹੂੰ ਹੂੰ ਪਰ ਜਿਹੜੀ ਮੇਰੀ ਮੈਂ ਉਹਨੂੰ ਕਿਉਂ ਨਾ ਕਹਿਣਾ ਨਹੀਂ ਚਾਹੁੰਦਾ ਆਪਾਂ ਦੱਸ ਦੇਾਂਗੇ ਮੈਨੂੰ ਜਿਹੜਾ ਜਿਹੜਾ ਹੈਗਾ ਸਿਲਸਿਲਾ ਕਿ ਕੋਈ ਬਾੜਾ ਇਹ ਨਹੀਂ ਹੋਣਾ ਵੀ ਚੰਗਾ ਸੁਖਵੀਰ ਸਿੰਘ ਬਾਦਲ ਡੀਵਾਰ ਨਹੀਂ ਕਰ ਦੇਗੇ ਸੁਖਵੀਰ ਸਿੰਘ ਬਾਦਲ ਚੋਣ ਨਾਲ ਲੜ ਸਕੇ ਨਹੀਂ ਇਹ ਨਹੀਂ ਹੁੰਦਾ ਡੀਵਾਰ ਨਹੀਂ ਹੁੰਦਾ ਕੋਈ ਇਹ ਕਹਿ ਦੇਣਗੇ ਵੀ ਚਲੋ ਥੰਮਲੇ ਨਾਲ ਬੱਲ ਲਿਆ ਹਾਂਜੀ ਜਾਂ ਹੋਰ ਕਰ ਲਿਆ ਵੀ ਮੈਂ ਪਾਪੀ ਗੁਨਾਹਗਾਰ ਤਖਤੀ ਪਾ ਕੇ ਪਾਈ ਜੋ ਪੁਰਾਣੀਆ ਰਵੈਤਾਂ ਪੁਰਾਣੀਆ ਰਵੈਤਾਂ ਉਹ ਹੋ ਜਾਣਗੇ ਡੀਵਾਰ ਵਾਲਾ ਮੈਨੂੰ ਵੀ ਨਹੀਂ ਲੱਗਦਾ ਬਿਲਕੁਲ ਬਿਲਕੁਲ ਕਿਉਂਕਿ ਉਹ ਹਾਲਾਤ ਜਿੱਥੇ ਹਨ ਆ ਅਕਾਲੀ ਦਲ ਨੂੰ ਸਿੰਘ ਸਹਿਬਾਨ ਵੀ ਨਹੀਂ ਚਾਹਣਗੇ ਵੀ ਅਕਾਲੀ ਦਲ ਕਮਜ਼ੋਰ ਹੋਵੇ ਜੀ ਜੀ ਔਰ ਇੱਥੋਂ ਤੱਕ ਕਿ ਉਹ ਤਾਕਤਾਂ ਜਿਹੜੀਆਂ ਅਕਾਲੀ ਦਲ ਦੀਆਂ ਦੁ ਉਹ ਵੀ ਨਹੀਂ ਚਾਉਂਦੀਆਂ ਕਿ ਅਕਾਲੀ ਦਲ ਖਤਮ ਹੋਵੇ ਬਿਲਕੁਲ ਜੇ ਹੁਣ ਭਾਰਤੀ ਜਨਤਾ ਪਾਰਟੀ ਦੀ ਆਪਾਂ ਗੱਲ ਕਰੀਏ ਜਿਵੇਂ ਕਿ ਆਰਐਸਐਸ ਦੇ ਉੱਤੇ ਅਕਾਲੀ ਦਲ ਵੱਲੋਂ ਮਤਲਬ ਜਿਹੜੇ ਹੈਗੇ ਹੈ ਹਮਲੇ ਕੀਤੇ ਜਾ ਰਹੇ ਹੈ ਜਿਵੇਂ ਉਹ ਸਾਰਾ ਕੁਝ ਕਰਦੀ ਹੈ ਉਹ ਕਰਵਾਉਂਦੀ ਹੈ ਅਕਲ ਭਾਰਤੀ ਜਨਤਾ ਪਾਰਟੀ ਨੇ ਆਰਐਸਐਸ ਵਾਲੇ ਵੀ ਇਹ ਚਾਹੁੰਦੇ ਕਿ ਅਕਾਲੀ ਦਲ ਜਿਉਂਦਾ ਰਵੇ ਜੀ ਲੇਕਿਨ ਮਾਈਨਸ ਸੁਖਵੀਰ ਸਿੰਘ ਬਾਦਲ ਮਾਈਨਸ ਬਿਲਕੁਲ ਪਰ ਗਾ ਹੁਣ ਜਿਹੜੇ ਜਿਹੜੇ ਦੂਜੇ ਦੂਜਿਆਂ ਦੇ ਵਿੱਚ ਇੰਨੀ ਕਿਸੇ ਜਾਣੀ ਹੀ ਨਹੀਂ ਹਮਮ ਕਿ ਉਹ ਅਗਵਾਈ ਕਰ ਸਕਣ ਜਾਂ ਉਹਨਾਂ ਕੋਲ ਸਾਧਨ ਹੋਵੇ ਸਾਰੇ ਇਕੱਠੇ ਹੋ ਸਕਣ ਜਾਂ ਉਹਨਾਂ ਦੇ ਕੋਲ ਉਸ ਲੈਵਲ ਦੀ ਜਿਹੜੀ ਜਿਹੜੀ ਕਿਉਂਕਿ ਸੁਖਬੀਰ ਸਿੰਘ ਬਾਦਲ ਨਾਲੋਂ ਜੇ ਆਪਾਂ ਕਹੀਏ ਦੂਜੇ ਇਹ ਨਹੀਂ ਵੀ ਘਟ ਸਿਆਣੇ ਜੀ ਬਹੁਤ ਜ਼ਿਆਦਾ ਸਿਆਣੇ ਬੰਦੇ ਹੈਗੇ ਉਧਰਲੇ ਪਾਸੇ ਹਮ ਬਡਾਲਾ ਸਾਹਿਬ ਵਗੈਰਾ ਵਗੈਰਾ ਪਰ ਗੱਲ ਇਹ ਹੈ ਕਿ ਜਿਹੜਾ ਇਹਨਾਂ ਦੇ ਕੋਲੇ ਜੋ ਟੁੱਟਿਆ ਭਜਾ ਜਸੇਬੰਦ ਘਟਾਂਚਾ ਹੈ ਜੀ ਉਸ ਜਸੇਬੰਦ ਘਟਾਂਚੇ ਦੇ ਉੱਤੇ ਮੁਕੰਮਲ ਕੰਟਰੋਲ ਸੁਖਬੀਰ ਸਿੰਘ ਬਾਦਲ ਦਾ ਹੈ ਹਾਲਾਂਕਿ ਉਹ ਜਸੇਬੰਦ ਘਟਾਂਚਾ ਜਿਹੜਾ ਹੈਗਾ ਉਹ ਕੋਈ ਚੁਣਕੇ ਨਹੀਂ ਆਇਆ ਹੋਇਆ ਹਮ ਹਮ ਉਹ ਨੋਮੀਨੇਟਡ ਹੀ ਹੈ ਨੋਮੀਨੇਟਡ ਹੀ ਚੁਣਿਆ ਤਾਂ ਕੋਈ ਵੀ ਨਹੀਂ ਹਾਂ ਨੋਮੀਨੇਟਡ ਹੀ ਪਰ ਨੋਮੀਨੇਟਡ ਦੇ ਵਿੱਚ ਜਿਹੜਾ ਹੈਗਾ ਸਾਰੇ ਸਰ ਲੋਇਲਟੀ ਤਾਂ ਉਹਨਾਂ ਦੀ ਵਫਾਦਾਰਤਾ ਉਹਨਾਂ ਦੀ ਬਿਲਕੁਲ ਤੇ ਅੱਜ ਦੇ ਜਮਾਨੇ ਦੇ ਵਿੱਚ ਜਿਹੜੀ ਹੁੰਦੀ ਹੈ ਸਿਰਾਂ ਦਾ ਮੁੱਲ ਹੈ ਹੂੰ ਹੂੰ ਅਕਲ ਦਾ ਮੁੱਲ ਨਹੀਂ ਹੈ ਤਾਂ ਸੀਨੇ ਜਾਂਦੇ ਵੀ ਦਰਸਿਰਕ ਨਹੀਂ ਹੈ ਬਿਲਕੁਲ ਬਿਲਕੁਲ ਸੋ ਪ੍ਰੋਗਰਾਮ ਚੱਲਦਾ ਜੀ ਸ਼ਮਾਦਾਨ ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਆਪਣੇ ਵੀ ਵਿਚਾਰ ਤੁਸੀਂ ਇਸ ਗੱਲਬਾਤ ਦੇ ਉੱਤੇ YouTube ਤੇ Facebook ਪੇਜ ਉੱਤੇ ਜ਼ਰੂਰ ਦੇਣਾ ਜੀ ਤੇ ਹੁਣ ਢਿੱਲੋਂ ਸਾਬ ਆਪਾਂ ਗੱਲ ਕਰਦੇ ਹਾਂ ਕਹਿੰਦੇ ਬਾਪ ਦੇ ਚੀਥੜੇ ਜਿਹੜੇ ਉੱਡੇ ਸਨ ਐ ਸਾਊਥ ਦੇ ਵਿੱਚ ਕੀ ਸੀ ਉਹ ਤਾਮਿਲਨਾਡੂ ਤਾਮਿਲਨਾਡੂ ਦਾ ਇੱਕ ਸ਼ਹਿਰ ਉਸ ਤੋਂ ਇੱਕ ਉਮਰ ਦਾ ਕੋਈ ਬੜੀ ਵੱਡੀ ਨਹੀਂ ਸੀ ਪਰ ਅੱਜ ਲੋਕ ਸਭਾ ਦੇ ਵਿੱਚ ਪ੍ਰਿੰਕਾ ਗਾਂਧੀ ਪਹੁੰਚ ਗਈ ਹੈ ਤੇ ਹੱਥ ਦੇ ਵਿੱਚ ਜਿਹੜੀ ਸੌਹ ਚੁੱਕੀ ਹੈ ਉਹ ਇੱਕ ਸਭ ਤੋਂ ਵੱਡਾ ਮਰਿਆਦਾ ਮੈਂ ਕਹਿ ਸਕਦਾ ਕਿ ਬਹੁਤ ਅੱਛੀ ਭਾਰਤ ਦੇ ਕਨਸਟੀਟਿਊਸ਼ਨ ਦਨੇਲੀਆ ਜੀ ਨਹਿਰੂ ਗਾਂਧੀ ਖਾਨਦਾਨ ਜੀ ਚੰਗੇ ਵੀ ਕੰਮ ਬਹੁਤ ਕੀਤੇ ਹੈ ਹੂੰ ਹੂੰ ਤੇ ਮੱਥੇ ਤੇ ਕਾਲਾ ਟਿੱਕਾ ਵੀ ਲਵਾਇਆ ਜੇ ਚੰਗੇ ਕੰਮਾਂ ਦੀ ਆਪਾਂ ਗੱਲ ਕਰੀਏ ਜੀ ਪੰਡਤ ਮੋਤੀ ਲਾਲ ਨਹਿਰੂ ਤੋਂ ਲੈ ਕੇ ਜਵਾਹਰ ਲਾਲ ਨਹਿਰੂ ਤੱਕ ਜੀ ਇਹਨਾਂ ਨੇ ਦੇਸ਼ ਦੀ ਆਜ਼ਾਦੀ ਦੀ ਖਾਤਰ ਲੜਾਈ ਲੜੀ ਲੜੀ ਜੇਲਾਂ ਵੀ ਕੱਟੀਆਂ ਜੇਲਾਂ ਕੱਲੀਆਂ ਕੱਟ ਕੇ ਉੱਥੇ ਇਹ ਨਹੀਂ ਵੀ ਅਨਖਰਾਬ ਕੀਤਾ ਹੈ ਉੱਥੇ ਬੈਠ ਕੇ ਲਿਖਿਆ ਪੜਿਆ ਵੀ ਹੈ ਉੱਥੋਂ ਜਿਹੜੀਆਂ ਚੀਜ਼ਾਂ ਲਿਖੀਆਂ ਜਿਹੜੀਆਂ ਉਹਨਾਂ ਨੇ ਕਿਤਾਬਾਂ ਲਿਖੀਆਂ ਉਹਨਾਂ ਕਿਤਾਬਾਂ ਦੇ ਵਿੱਚ ਉਹਨਾਂ ਨੇ ਭਾਰਤ ਦੇ ਇਤਿਹਾਸ ਨੂੰ ਦੁਨੀਆ ਦੇ ਇਤਿਹਾਸ ਨੂੰ ਸਾਰਾ ਕੁਝ ਜਿਹੜਾ ਹੈ ਉਹਦਾ ਚਿੱਤਰਣ ਕੀਤਾ ਹੋਇਆ ਠੀਕ ਹੈ ਜੀ ਮਤਲਬ ਉਹ ਇਤਿਹਾਸ ਜਿਹੜਾ ਉਹਨਾਂ ਨੇ ਲਿਖਿਆ ਹੈ ਉਹ ਇਤਿਹਾਸ ਲਿਖਣ ਵਾਸਤੇ ਗੱਡਾ ਗੱਡਾ ਕਿਤਾਬਾਂ ਦਾ ਪੜਿਆ ਤੇ ਫਿਰ ਉਦੋਂ ਬਾਅਦ ਉਹ ਕੁਝ ਹੁੰਦਾ ਇਹ ਉਹਨਾਂ ਦੀ ਦੇਣ ਹੈ ਜੀ ਇਹ ਮੁਲਕ ਆਜ਼ਾਦ ਹੋਇਆ ਇਸ ਮੁਲਕ ਨੂੰ ਸੈਕੂਲਰ ਲਾਈਨ ਤੇ ਚਲਾਉਣ ਦੀ ਜੀ ਜਿਹੜੀ ਪਰਤ ਹੈ ਉਹ ਵੀ ਪੰਡਤ ਨਹਿਰੂ ਨੇ ਪਾਈ ਹੈ ਠੀਕ ਹੈ ਇਹ ਠੀਕ ਹੈ ਕਿ ਕਨਸਟੀਟਿਊਸ਼ਨ ਬਣਾ ਕਨਸਟੀਟਿਊਸ਼ਨ ਬਣਾਉਣ ਦੇ ਮਾਮਲੇ ਦੇ ਵਿੱਚ ਜਿੰਨਾ ਮਰਜ਼ੀ ਬਣਾ ਕਨਸਟੀਟਿਊਸ਼ਨ ਦਾ ਉਹੀ ਆ ਉਹੀ ਆ ਬਿਲਕੁਲ ਜੀ ਪਰ ਹੁਣ ਮੰਦਰ ਮਸਜਿਦ ਦਾ ਕਿਵੇਂ ਰੋਲਾ ਫਿਰ ਪਾਈ ਜਾਂਦੀ ਹੂੰ ਹੂੰ ਉਹਨਾਂ ਨੇ ਕਨਸਟੀਟਿਊਸ਼ਨ ਵੀ ਬਣਵਾਇਆ ਕਨਸਟੀਟਿਊਸ਼ਨ ਦੇ ਨਾਲ ਫਿਰ ਉਹ ਚੱਲੇ ਵੀ ਫਿਰ ਇਸ ਗੱਲ ਨੂੰ ਕਿ ਇਸ ਮੁਲਕ ਨੂੰ ਆਪਾਂ ਤਰੱਕੀ ਤੇ ਕਿਵੇਂ ਲੈ ਕੇ ਜਾਣਾ ਹੈ ਜੀ 5 ਸਾਲਾਂ ਦੀ ਯੋਜਨਾਵਾਂ ਕੀਤੀਆਂ ਹੂੰ ਹੂੰ ਫਿਰ ਮਿਕਸਡ ਇਕਨੋਮੀ ਵਾਲੀ ਗੱਲ ਕੀਤੀ ਜੀ ਕਿ ਨਾ ਸੱਜੇ ਨਾਲ ਖੱਬੇ ਅਸੀਂ ਵਿਚਾਲੇ ਆ ਨਾ ਅਸੀਂ ਕਮਿਊਨਿਸਟਾਂ ਵਾਲਾ ਪੂਰਾ ਰਾਖ਼ਤਿਆਰ ਕਰਨੇ ਹੂੰ ਹੂੰ ਨਾ ਅਸੀਂ ਜਿਹੜੇ ਹੈਗਾ ਵੱਡੇ ਅਜਾਰੇਦਾਰਾਂ ਵਾਲਾ ਆਪਣਾਣਾ ਹੀ ਅਸੀਂ ਉਹ ਰਾਹ ਆਪਣਾਣਾ ਜਿਹੜਾ ਰਾਹ ਹਿੰਦੁਸਤਾਨ ਦੇ ਅਨਕੂਲ ਹੋਵੇ ਤੇ ਇਹ ਉਹਨਾਂ ਦੀ ਇੱਕ ਦੇਣ ਸੀ ਉਸ ਤੋਂ ਬਾਅਦ ਉਹਨਾਂ ਦੀ ਬੇਟੀ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਬਣਦੀ ਹੈ ਜੀ ਇੰਦਰਾ ਗਾਂਧੀ ਨੇ ਵੀ ਜੇ ਆਪਾਂ ਕਹੀਏ ਤੇ ਕੋਈ 1900 ਜਿਹੜਾ ਹੈਗਾ 84 ਵਾਲੇ ਘਟਨਾਕਰਮ ਤੋਂ ਜੀ ਪਹਿਲਾਂ ਦੋ ਕਮ ਉਹਨੇ ਇੱਕ ਕਮ ਉਹਨੇ ਮੜਾ ਕੀਤਾ ਸੀ ਐਮਰਜੈਂਸੀ ਐਮਰਜੈਂਸੀ ਪਰ ਉਸ ਤੋਂ ਪਹਿਲਾਂ ਜੇ ਆਪਾਂ ਦੇਖੀਦਾ ਨੇ ਲਿਆ ਸਾਫ ਤਾਂ ਉਹਨੇ 1970 77 ਦੇ ਵਿੱਚ ਜੋ ਜਿਹੜਾ ਪਿਆ ਸੀ ਦਸੰਬਰ 70 ਤੇ 77 ਵਾਲਾ ਮਾਪ ਦੌਰ ਸੀ ਜਦੋਂ ਬੰਗਲਾਦੇਸ਼ ਇੱਕ ਅਲੱਗ ਅਲੱਗ ਬਣਾਇਆ ਦੇਸ਼ ਕ੍ਰੀਏਟ ਕਰਤਾ ਸੀ ਔਰ ਉਹਦੇ ਨਾਲ ਜਿਹੜੀ ਹੈ ਭਾਰਤ ਨੂੰ ਇੱਕ ਪਾਸੇ ਸਮਝ ਲਓ ਵੀ ਇਸੇ ਪੂਰਬੀ ਪਾਸੇ ਤੋਂ ਸੁਰੱਖਿਅਤ ਕਰਤਾ ਸੀ ਜੀ ਨਹੀਂ ਤਾਂ ਦੋਨਾਂ ਪਾਸਿਆਂ ਤੋਂ ਕਿਰਿਆ ਹੋਇਆ ਸੀ ਭਾਰਤ ਉਸੇ ਵੇਲੇ ਉਹਨੇ ਭਾਰਤ ਦੀ ਚੜਤ ਜਿਹੜੀ ਜੀ ਉਹ ਵੀ ਅਮਰੀਕਾ ਨੂੰ ਦਿਖਾਈ ਵੀ ਹੈਗੇ ਆ ਬਸ ਵੀ ਅਸੀਂ ਹੈਗੇ ਆ ਜਦੋਂ ਡੀਗੋ ਗਾਰਸ਼ੀਆ ਦੇ ਵਿੱਚ ਉਹਨਾਂ ਦਾ ਸ਼ੀਮਾ ਬੀੜਾ ਉਤਰਿਆ ਹੋਇਆ ਸੀ ਦੇ ਨਾਲ ਦੀ ਨਾਲ ਹੀ ਉਹਨੇ 1980 ਜੁਨੀਅਰ ਦੇ ਨਾਲ ਸਮਝੌਤਾ ਕਰਕੇ ਗੱਲ ਕਹੀਦੀ ਕਿ ਮੈਂ ਹਰ ਲੜਾਈ ਲਈ ਤਿਆਰ ਹਾਂ ਜੀ ਇਹ ਸੀ ਲੇਕਿਨ ਪੰਜਾਬ ਦੇ ਸਿੱਖ ਭਾਈਚਾਰੇ ਦੀਆਂ ਜਿਹੜੀਆਂ ਸਮੱਸਿਆਵਾਂ ਇਹਨਾਂ ਨੂੰ ਹੱਲ ਕਰਨ ਦੀ ਬਜਾਏ ਜਿਹੜਾ ਉਹਨੇ ਇਹਨਾਂ ਨੂੰ ਦਬਾਉਣ ਵਾਲਾ ਰਾਹ ਅਖਤਿਆਰ ਕੀਤਾ ਜੀ ਤੇ ਜਿਹਦਾ ਅੰਤ ਜਿਹੜਾ ਹੈਗਾ ਅੰਤ ਨਹੀਂ ਮੈਂ ਕਹੂੰਗਾ ਜਿਹੜਾ ਜਿਹਦਾ ਬਹੁਤ ਭਿਆਨਕ ਪਾਟ ਹੈ ਉਹ ਆਪਰੇਸ਼ਨ ਬਲੂ ਸਟਾਰ ਜਿੱਦੋਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਉਹ ਸੀ ਪਰ ਉਹਦਾ ਅੰਤ ਕੀ ਹੋਇਆ ਉਹਨੂੰ ਆਪਦੀ ਜਾਣ ਗੋਣੀ ਪਈ ਉਨੂੰ ਆਪਣੀ ਜਾਣ ਗোন ਤੋਂ ਬਾਅਦ ਦੂਜੀ ਗਲਤੀ ਮੈਂ ਸਮਝਦਾ ਕਿ ਗਿਆਨੀ ਜੈਲ ਸਿੰਘ ਹੋਰਾਂ ਦੀ ਸੀ ਜੀ ਜਿਨ੍ਹਾਂ ਨੇ ਇੰਦਰਾ ਗਾਂਧੀ ਦੇ ਮੁੱਡੇ ਨੂੰ ਉਸ ਵੇਲੇ ਜਦੋਂ ਉਹਦੀ ਡੈੱਡ ਬੋਡੀ ਪਈ ਸੀ ਉਹਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਂਦਾ ਸੀ ਉਹਨੂੰ ਪ੍ਰਧਾਨ ਮੰਤਰੀ ਬਣਾਇਆ ਤਾਂ ਫਿਰ ਸਿੱਖ ਕਤਲੇਆਮ ਹੋਇਆ ਜੀ ਹਜ਼ਾਰਾਂ ਲੋਕ ਜਿਹੜੇ ਦੇਸ਼ ਦੇ ਵਕਫਾ ਕਿਸਿਆਂ ਚ ਮਾਰੇ ਗਏ ਔਰ ਰਾਹੁਲ ਗਾਂਧੀ ਨੇ ਉਹਦੇ ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਇਹ ਕਹਿ ਕੇ ਜ਼ਖਮਾਂ ਤੇ ਨਾਮਕ ਛਿੜਕਤਾ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਤੇ ਧਰਤੀ ਹਿੱਲਦੀ ਹੈ ਜੀ ਇਹ ਉਹ ਪੱਖ ਹੈ ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਕੋਈ ਬਹੁਤਾ ਚੰਗਾ ਪੱਖ ਨਹੀਂ ਮਾੜਾ ਪੱਖ ਨਹੀਂ ਦੋਨਾਂ ਪੱਖਾਂ ਤੋਂ ਪਰ ਰਾਜੀਵ ਗਾਂਧੀ ਦੇ ਦੌਰ ਦੇ ਵਿੱਚ ਹੀ ਜੀ ਭਾਰਤ ਦੇ ਵਿੱਚ ਜਿਹੜੀ ਸੂਚਨਾ ਟੈਕਨੀਕ ਦਾ ਹੀ ਸ਼ੁਰੂਆਤ ਸ਼ੁਰੂਆਤ ਹੋਈ ਬਿਲਕੁਲ ਠੀਕ ਹੈ ਉਹ ਕੀ ਆਪਣਾ ਨਾਮ ਸਿੰਪਤਰੋ ਦਾ ਹਾਂਜੀ ਉਹ ਨੂੰ ਲਿਆਦਾ ਗਿਆ ਤੇ ਅੱਜ ਭਾਰਤ ਜਿੱਥੇ ਪਹੁੰਚਿਆ ਦੇ ਵਿੱਚ ਰਜੀਵ ਗਾਂਧੀ ਦੇ ਵੱਟ ਜੀ ਤੁਸੀਂ ਤੇ ਮੋਟਰਸਾਈਕਲ ਆਏ ਕਾਰਾਂ ਨਵੀਆਂ ਆਈਆਂ ਕੰਪਿਊਟਰ ਕੰਪਿਊਟਰ ਪ੍ਰਣਾਲੀ ਹੈ ਜਿਹੜੀ ਆਈ ਟੈਲੀਫੋਨਾਂ ਦੀ ਗੱਲ ਟੈਲੀਫੋਨ ਆਪਾਂ ਸਪਾਰਸ਼ਾ ਨਾਲ ਲਵਾਉਂਦੇ ਹੁੰਦੇ ਸੀ ਪਾਰਲੀਮੈਂਟ ਦੇ ਮੈਂਬਰਾਂ ਨਾਲ ਜਾਂ ਉਹ ਹਾਂ ਜਾਂ ਬਹੁਤ ਮਹਿੰਗੇ ਵਿਕਦੇ ਹੁੰਦੇ ਸੀ ਅੱਜ ਇੱਕ ਇੱਕ ਬੰਦੇ ਦੇ 4 4 ਅੱਛ ਫੜੇ ਹੋਏ ਜੀ ਵਿਦਆਊਟ ਤਾਰਾਂ ਤੋਂ ਫੜੇ ਹੋਏ ਇਹ ਦਿਨ ਵੀ ਹੈਗੀ ਹੈ ਪਰ ਫਿਰ ਵੀ ਮਤਲਬ ਜੇ ਆਪਾਂ ਦੇਖੀਏ ਕੁਛ ਨਾ ਕੁਛ ਤੇ ਫਿਰ ਅਲਟੀਮੇਟਲੀ ਹੋਇਆ ਕਿ ਗੇ ਰਜੀਵ ਗਾਂਧੀ ਦਾ ਕਤਲ ਹੋ ਜਾਂਦਾ ਹੈ ਜੀ ਦੱਖਣੀ ਭਾਰਤ ਤਾਮਿਲਨਾਡੂ ਚ ਕਤਲ ਹੋਇਆ ਜਦੋਂ ਕਤਲ ਹੋ ਗਿਆ ਉਸ ਵੇਲੇ ਰਾਹੁਲ ਗਾਂਧੀ ਇਸ ਦੇਸ਼ ਦੇ ਵਿੱਚ ਨਹੀਂ ਸੀ ਜੀ ਰਾਹੁਲ ਗਾਂਧੀ ਬਾਹਰ ਇੰਗਲੈਂਡ ਦੇ ਵਿੱਚ ਪੜਦਾ ਸੀ ਹਮ ਇੱਕਦਮ ਜਦੋਂ ਇਹ ਮਤਲਬ ਖਬਰ ਮਿਲੀ ਜੀ ਕਿ ਰਾਜੀਵ ਗਾਂਧੀ ਨਹੀਂ ਰਿਹਾ ਹਮ ਹਮ ਔਰ ਸੋਨੀਆ ਸੁਨਮ ਸੁਨੋਗੀ ਜੀ ਜਿਹਦਾ ਹਸਬੰਦ ਮਾਰਿਆ ਗਿਆ ਕੁਝ ਮਤਲਬ ਕੀ ਹੋਊਗਾ ਕੁਝ ਸਮਝ ਨਹੀਂ ਆਉਂਦੀ ਕਿ ਇਹ ਕੁੜੀ ਨੇ ਫਿਰ ਹਿੰਮਤ ਕੀਤੀ ਕਿ ਚੱਲਣਾ ਪਊ ਵੀ ਚਲੀਏ ਜਾ ਕੇ ਚਲੀ ਗਈ ਫਿਰ ਗਏ ਮਦਰਾਸ ਤਾਮਿਲਨਾਡੂ ਵਿੱਚ ਗਈ ਆਪਦੀ ਮਾਦੇ ਨਾਲ ਗਈ ਤੇ ਉੱਥੋਂ ਆਪਣੇ ਬਾਪ ਕਿਉਂਕਿ ਉਹ ਤਾਂ ਰਹਿ ਹੈ ਹੀ ਕੁਝ ਕੱਕ ਨਹੀਂ ਸੀ ਉਦੇ ਦੇ ਟੁਕੜੇ ਸੀ ਉਹਨਾਂ ਟੁਕੜਿਆਂ ਨੂੰ ਇਕੱਠਾ ਕਰਕੇ ਜਹਾਜ਼ ਦੇ ਵਿੱਚ ਇੱਥੇ ਲੈ ਕੇ ਆਏ। ਔਰ ਉਹ ਟਾਈਮ ਜਿਹੜਾ ਸੀ ਬੜਾ ਭਿਆਨਕ ਟਾਈਮ ਸੀ। ਜੀ। ਉਹ ਟਾਈਮ ਦੇ ਵਿੱਚ ਉਹਨੇ ਉਹ ਟਾਈਮ ਕੱਢਿਆ। ਮੈਂ ਉਹਦੀ ਜ਼ੁਬਾਨੀ ਸੁਣਿਆ ਵੀ ਆ ਪੜ੍ਹਿਆ ਵੀ ਆ ਮੈਂ ਲਿਖਿਆ। ਉਹ ਕਹਿੰਦੀ ਵੀ ਉਹ ਜਿਹੜਾ ਟਾਈਮ ਸੀ ਉਦੋਂ ਕਹਿੰਦੀ ਮੈਂ ਭਾਰਤ ਨਾਲ ਬੇਹੱਦ ਗੁੱਸੇ ਸੀ। ਜੀ। ਵੀ ਸਾਡਾ ਘਰ ਉਹਨਾਂ ਨੇ ਬਰਬਾਦ ਕਰਤਾ। ਇਹ ਚਲੋ ਠੀਕ ਹੈ ਕਿਸੇ ਜਿਹੜਾ ਪਰਿਵਾਰ ਦਾ ਮੈਂਬਰ ਹੁੰਦਾ ਨੂੰ ਦੁੱਖ ਹੁੰਦਾ ਪਰ ਉਹ ਤੋਂ ਪਹਿਲਾਂ ਵੀ ਤਾਂ ਘਰ ਬਰਬਾਦ ਹੋਏ। ਬਿਲਕੁਲ। 1984 ਦੇ ਹਸਕਤ ਲਾਮ ਜਦੋਂ ਬਹੁਤ ਘਰਬਾਦ ਹੋਏ। ਉਹ ਹੋਇਆ ਫੇਰੇ ਦੀ ਮੈਰਿਜ ਹੋ ਜਾਂਦੀ ਹੈ ਹਾਲਾਂਕਿ ਜਿਹੜੀ ਮੈਨੂੰ ਅੱਜ ਪਤਾ ਲੱਗਿਆ ਕਿ ਇਹਦਾ ਇਹਨਾਂ ਦੀ ਵਾਕਫੀਅਤ ਜਿਹੜੀ ਹੈਗੀ ਹੈ ਇਹਦੀ ਤੇ ਰਾਬਰਟ ਬੜਾਰੇ ਦੀ ਉਦੋਂ ਹੋ ਗਈ ਸੀ ਜਦੋਂ 13 ਸਾਲ ਦੀ ਸੀ ਠੀਕ ਹੈ ਇਕੱਠੇ ਪੜਦੇ ਫੜਦੇ ਹੁੰਦੇ ਸੀ ਸੋਨੀਆ ਕਹਿੰਦੀ ਇਸ ਵਿਆਹ ਦੇ ਹੱਕ 'ਚ ਨਹੀਂ ਸੀਗੀ ਜੀ ਪਰ ਉਹਨੇ ਕਿਹਾ ਵੀ ਕੋਈ ਚਾਰਾ ਨਹੀਂ ਹੁਣ ਸੋ ਵਿਆਹ ਕਰਨੇ ਪੈਣਾ ਵਿਆਹ ਕਰਤਾ ਵਿਆਹ ਕਰਨ ਤੋਂ ਬਾਅਦ ਜੇ ਚਾਹੁੰਦੀ ਤਾਂ ਅਗਲੇ ਦਿਨ ਪੋਲਿਟਿਕਸ ਦੇ ਵਿੱਚ ਆਸਲਦੀ ਸੀ ਲੇਕਿਨ ਪੋਲਿਟਿਕਸ ਦੇ ਵਿੱਚ ਨਹੀਂ ਆਈ ਸੋਚਿਆ ਵੀ ਹੁਣ ਕੀ ਕੀਤੀ ਰੌਹਲ ਗਾਂਧੀ ਨੂੰ ਪੋਲਿਟਿਕਸ ਦੇ ਵਿੱਚ ਲੈ ਕੇ ਆਉ ਇਹਨੂੰ ਕਿਉਂ ਨਾ ਉਹ ਕਹਿੰਦੇ ਵੀ ਜਿਹੜੀ ਮੈਰਿਡ ਲਾਈਫ ਆ ਉਹ ਡਿਸਟਰਬ ਹੋਊ ਹੂੰ ਹੂੰ ਬੱਚੇ ਛੋਟੇ ਐ ਬੱਚਿਆਂ ਦਾ ਪਾਲਣ ਪੋਸਣ ਕਰਨਾ ਐ ਇਹਨੂੰ ਆਪਾਂ ਜੇ ਪੋਲਿਟਿਕਸ ਦੇ ਵਿੱਚ ਪਾਉਣੀ ਐ ਤਾਂ ਠੀਕ ਨਹੀਂ ਹਾਲਾਂਕਿ ਇੰਦਰਾ ਗਾਂਧੀ ਇਹ ਗੱਲ ਕਹਿੰਦੀ ਸੀ ਕਿ ਮੇਰੇ ਮਰਨ ਤੋਂ ਬਾਅਦੇ ਮੇਰੀ ਵਾਰਸ ਹੋਊਗੀ ਵਾਰਸ ਹੋਊਗੀ ਇਹ ਉਹਦੇ ਚੋਂ ਜਿਹੜੀ ਝਲਕ ਵੀ ਇੰਦਰਾ ਗਾਂਧੀ ਵਾਲੀ ਪੈਂਦੀ ਐ ਹੂੰ ਹੂੰ ਉਹ ਬੋਲਦੀ ਘਟ ਐ ਲੇਕਿਨ ਜਿਹਦਾ ਬੋਲਣ ਦਾ ਪ੍ਰਭਾਵ ਆ ਉਹ ਕਿਤੇ ਬਾਦ ਅਰ ਜੀ ਰਾਹੁਲ ਗਾਂਧੀ ਨਾਲ ਜੀ ਔਰ ਉਹ ਜਿਹੜੀ ਹੈਗੀ ਲੋਕਾਂ ਨੂੰ ਪ੍ਰਭਾਵਿਤ ਕਰਦੀ ਉਹਨੇ ਆਪਦੀ ਮਾਂ ਦੀ ਖਾਤਰ ਪ੍ਰਚਾਰ ਕੀਤਾ ਆਪਦੇ ਭਰਾ ਦੀ ਖਾਤਰ ਪ੍ਰਚਾਰ ਕੀਤਾ ਉਹਨੂੰ 52-53 ਸਾਲਾਂ ਦੀ ਹੈ। ਹੂੰ। ਤੇ ਇਹਨਾਂ 52-53 ਸਾਲਾਂ ਦੇ ਵਿੱਚ ਕਿਉਂਕਿ ਹਾਲਾਤੇ ਬਣ ਗਏ, ਕਈ ਵਾਰੀ ਹਾਲਾਤ ਤੁਹਾਨੂੰ ਮਨ ਲੋ ਮਲੀ ਉਸ ਰਸਤੇ ਪਾ ਦਿੰਦੇ ਆ। ਜੀ। ਪਿਛਲੀ ਚੋਣ 2019 ਦੀ ਅਰਾਜੀਵ ਗਾਂਧੀ ਅਮੇਠੀ ਤੋਂ ਹਾਰ ਗਏ ਸੀ। ਹੂੰ। ਉਹਨੂੰ ਪਹਿਲਾਂ ਪਤਾ ਸੀ ਕਿ ਮੈਂ ਹਾਰੂੰਗਾ। ਇਹੀ ਕਾਰਨ ਹੈ ਕਿ ਉਹਨੇ ਬਾਇਨੜ ਵੀ ਭਰਤੀ ਸੀ ਨਾ। ਬਾਇਨੜ ਤੋਂ ਸ਼ਾਨਲ ਜਿੱਤ ਗਿਆ ਸੀ। ਕੇਰਲਾ ਦੱਖਣੀ ਭਾਰਤ ਦੇ ਵਿੱਚ ਭਾਜਪਾ ਦਾ ਉਹ ਉਹਨੀ ਮਜ਼ਬੂਤੀ ਹੈ ਨਹੀਂ। ਐਤਕੀ ਫੇਰ ਉਹਨੇ ਦੋਨੇ ਸੀਟਾਂ ਤੋਂ ਲੜਿਆ ਤੇ ਇਥੋਂ ਫੇਰ ਜਿੱਤ ਗਿਆ ਉਹ। ਦੋਨਾਂ ਦੀਆਂ ਸੀਟਾਂ ਤੋਂ ਜਿੱਤ ਗਿਆ। ਦੋਨਾਂ ਸੀਟਾਂ ਤੋਂ ਦੋ ਬਾਅਦ ਫੈਸਲਾ ਕਰਨਾ ਪੈਣਾ ਸੀ ਕਿ ਕਿਹੜੀ ਸੀਟ ਰੱਖੀ ਜਾਵੇ ਤੇ ਕਿਹੜੀ ਛੱਡੀ ਜਾਵੇ ਜੀ ਫਿਰ ਇਹ ਕੀਤਾ ਬਈ ਨਾਲੇ ਇੱਕ ਇਹ ਕਿ ਨਹਿਰੂ ਪਰਿਵਾਰ ਹੀ ਇਸ ਜਿਹੜੀ ਹੈਗੀ ਕੰਸਟੀਟਿਊਐਂਸੀ ਨੂੰ ਅਡਾਪਟ ਕਰਾ ਕੋਈ ਗੱਲ ਨਹੀਂ ਤੁਹਾਨੂੰ ਦੂਜਾ ਨਹਿਰੂ ਦੇ ਦੇਣੀ ਹੈ ਦੂਜਾ ਗਾਂਧੀ ਪਰਿਵਾਰ ਦੇ ਦੇਣੀ ਹੈ ਉਹਦੇ ਰਾਹੁਲ ਪਿੱਛੇ ਹੋ ਗਿਆ ਉਹਨੇ ਕਿਹਾ ਡਬਲ ਗਾਂਧੀ ਹੋਗੇ ਤੁਹਾਡੇ ਕੋਲੇ ਰਾਹੁਲ ਵੀ ਹੋਊਗਾ ਤੇ ਨਾਲ ਮੇਰੀ ਭੈਣ ਪ੍ਰਿੰਕਾ ਵੀ ਪ੍ਰਿੰਕਾ ਪ੍ਰਿੰਕਾ ਨੇ ਹੁਣ ਜਿਹੜੀ ਉੱਥੇ ਚੋਣ ਲੜੀ ਹੈ ਜੀ ਉਸ ਚੋਣ ਦੇ ਵਿੱਚ ਜਿਹੜੀ ਉਹਨੂੰ ਰਿਕਾਰਡਡ ਜਿੱਤ ਮਿਲੀ ਹੈ ਦਾਨੇੜੀਆ ਸਾਹਿਬ ਉਹ ਬੜੀ ਕਮਾਲ ਦੀ ਹੈ 4 ਲੱਖ 4 ਲੱਖ ਵੋਟ 4 ਲੱਖ 10 ਹਜ਼ਾਰ ਦੇ ਫਰਕ ਨਾਲ ਜਿੱਤੀ ਹੋ ਇਹ ਮਾਰਜਨ ਹੈ ਤੇ ਹੁਣ ਪਾਰਲੀਮੈਂਟ ਦੇ ਵਿੱਚ ਕਾਨੂੰਨ ਨੇ ਸੌ ਚੁੱਕੀ ਪਾਰਲੀਮੈਂਟ ਸੌ ਚੁੱਕੀ ਉਹਨੇ ਇੱਕ ਰਵੈਤ ਜਿਹੜੀ ਹੈਗੀ ਆ ਉਹ ਨਵੀਂ ਸਥਾਪਿਤ ਕੀਤੀ ਜੀ ਉਹ ਇਹ ਕੀਤੀ ਕਿ ਕੱਲ ਜਿਹੜੀ ਉਹਨੇ ਸਾੜੀ ਪਹਿਣੀ ਸੀ ਹੂੰ ਉਹ ਸਾੜੀ ਉਹੀ ਕੇਰਲ ਵਾਲੀ ਸੀ ਲਖਣੀ ਭਾਰਤਾਂ ਦੀ ਤੁਸੀਂ ਧਿਆਨ ਨਾਲ ਦੇਖੋ ਉਹਦੇ ਆਪ ਜਿਹੜਾ ਸਾਈਡ ਤੋਂ ਪੱਲਾ ਜਾ ਉਹ ਜਿਵੇਂ ਹੈਪੀ ਲਾਈਜ਼ ਵਿੱਚ ਕੇਰਲਾ ਵਾਲਿਆਂ ਲੇਡੀਜ਼ ਦੇ ਹੁੰਦਾ ਹੈ ਉਸ ਤਰ੍ਹਾਂ ਨਾਲ ਜਿਹੜੀਆਂ ਆਪਣੇ ਨਰਸਾਂ ਵਗੈਰਾ ਹੈਗੇ ਕੇਰਲਾ ਵਾਲਿਆਂ ਉਹਨੇ ਦੇਖੋ ਉਹਨਾਂ ਦੀ ਸਾੜੀ ਲੈ ਕੁਰੀਨ ਦਾ ਉਹ ਜੀ ਉਹ ਕੀਤੀ ਸਾੜੀ ਉਹ ਬਣੀ ਹੱਥ ਦੇ ਵਿੱਚ ਉਹਨੇ ਭਾਰਤ ਦਾ ਕਨਸਟੀਟਿਊਸ਼ਨ ਪੜਿਆ ਹੋਇਆ ਸੀ ਨਹੀਂ ਔਰ ਉਸੇ ਉਹਨੇ ਸੌਹ ਚੁੱਕੀ ਜਦੋਂ ਉਹਨੇ ਸੌਹ ਚੁੱਕੀ ਉਸ ਵੇਲੇ ਉਹਦੀ ਮਾਂ ਵੀ ਉੱਥੇ ਸੀ ਉਹਦਾ ਭਰਾ ਵੀ ਉੱਥੇ ਸੀ ਹੁਣ ਇਹ ਕਹਿ ਸਕਦੇ ਆਪਾਂ ਕਿ ਇਹ ਪਹਿਲਾ ਮੌਕਾ ਹੈ ਜਦੋਂ ਨਹਿਰੂ ਪਰਿਵਾਰ ਦੇ ਤਿੰਨ ਜੀ ਇੱਕੋ ਟਾਈਮ ਦੇ ਉੱਤੇ ਦੋ ਪਾਰਲੀਮੈਂਟ ਦੇ ਮੈਂਬਰ ਅਤੇ ਇੱਕ ਰਾਜ ਸਭਾ ਦਾ ਰਾਜ ਸਭਾ ਦੀ ਮੈਂਬਰ ਰਾਜਸਥਾਨ ਤੋਂ ਆ ਰਹੀ ਹੈ ਸੋਨੀਆ ਗਾਂਧੀ ਜੀ यूपी ਤੋਂ लोकसभा ਦਾ ਮੈਂਬਰ ਆ ਰਿਹਾ ਹੈ ਰਾਹੁਲ ਗਾਂਧੀ ਜੀ ਤੇ ਦੱਖਣੀ ਭਾਰਤ ਦੇ ਵਿੱਚੋਂ ਆ ਰਹੀ ਹੈ ਪ੍ਰਿੰਕਾ ਗਾਂਧੀ ਸੋ ਸਫਰ ਜਿਹੜਾ ਹੈਗਾ ਬੰਦਾ ਤੱਕੇ ਤੁਲੇ ਖਾਂਦੇ ਵੀ ਕਿਹੜਾ ਰਾਹ ਅਪਣਾਉਣਾ ਹੈ ਹੁਣ ਆਪਾਂ ਨੂੰ ਪਤਾ ਇਸ ਗੱਲ ਦਾ ਕਿ ਜਦੋਂ ਸੰਜੇ ਗਾਂਧੀ ਦਾ ਕਤਲ ਹੋਇਆ ਜਾਂ ਉਸ ਅਰਿਉ ਦੀ ਮੌਤ ਹੋਈ ਹੈ ਉਹਦਾ ਜਹਾਜ਼ ਕ੍ਰੈਸ਼ ਹੋਇਆ ਕ੍ਰੈਸ਼ ਹੋਇਆ ਉਸ ਵੇਲੇ ਕੋਈ ਸੋਚ ਨਹੀਂ ਸਕਦਾ ਸੀ ਲੀਡਾ ਹੁਲਗੰਦੀ ਨੂੰ ਇਸ ਪਾਸੇ ਨਾ ਤੇ ਹੱਥ ਲਾਉਣ ਵਾਲਾ ਬੰਦਾ ਸੀ ਹਾਂ ਅਰਜੀਵ ਗਾਂਧੀ ਅਰਜੀਵ ਗਾਂਧੀ ਅਰਜੀਵ ਗਾਂਧੀ ਤਾਂ ਇਧਰ ਆਉਣੇ ਨਹੀਂ ਚਾਹੁੰਦਾ ਸੀ ਬਿਲਕੁਲ ਉਹ ਬੰਦੇ ਨੂੰ ਧੱਕੇ ਨਾਲ ਲਿਆਂਦਾ ਤੇ ਧੱਕੇ ਨਾਲ ਲਿਆ ਕਿ ਉਹ ਦਾੰਤ ਕੀ ਹੋਇਆ ਸੇਮ ਪੋਜੀਸ਼ਨ ਜੀ ਆਪਾਂ ਦੇਖੀਏ ਪ੍ਰਿੰਕਾ ਔਰ ਰਾਹੁਲ ਜੀ ਦੋਨੇ ਹੀ ਪੋਲਿਟਿਕਸ ਤੋਂ ਦੂਰ ਜਾਣਾ ਚਾਹੁੰਦੇ ਸੀ ਪਰ ਸਰਕਮਸਟੈਂਸ ਇਹ ਇਹ ਬਣ ਗਏ ਕਿ ਉਹਨਾਂ ਨੂੰ ਇਧਰ ਆਉਣਾ ਪਿਆ ਤੇ ਹੁਣ ਇਸ ਵੇਲੇ ਜਿਹੜਾ ਸਟਰਗਲ ਜਿਹੜੀ ਬੜੀ ਜਬਰਦਸਤ ਕਰਨੀ ਪੈਣੀ ਹੈ ਜੀ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਤੌਰ ਤਰੀਕੇ ਅਪਣਾਏ ਆ ਖਾਸ ਕਰਕੇ ਜੋ ਹਰਿਆਣਾ ਤੇ ਮਹਾਰਾਸ਼ਟਰ ਦੇ ਵਿੱਚ ਹੋਇਆ ਇਹਨੂੰ ਆਪਾਂ ਕਹਾਂਗੇ ਇਹ ਕਹਿੰਦੇ ਆ ਉਹਨਾਂ ਦਾ ਇਲਜ਼ਾਮ ਹੈ ਸਕਦਾ ਕਿ ਡੈਮੋਕ੍ਰੇਸੀ ਦੀ ਜਿੰਨੀ ਹੋਈ ਡੈਮੋਕ੍ਰੇਸੀ ਤੇ ਡਾਕਾ ਮਾਰਿਆ ਗਿਆ ਟੈਕਨੀਕ ਦੇ ਰਹੀ ਸੋ ਕਿਉਂਕਿ ਗੱਲਾਂ ਬਾਹਰ ਆ ਰਹੀਆਂ ਆ ਰਹੀਆਂ ਜੀ ਆ ਰਹੀਆਂ ਪਹਿਲਾਂ ਮੰਡੀਆਂ ਹੀ ਨਹੀਂ ਆਪਣੇ ਵੀ ਬੜੇ ਹੋ ਗਿਆ ਹਰਿਆਣੇ 'ਚ ਵੀ ਹੋ ਗਿਆ ਜਿੰਨੀਆਂ ਵੋਟਾਂ ਪੋਲ ਨਹੀਂ ਹੋਈਆਂ ਉਹ ਤੋਂ ਵੱਧ ਨਿਕਲਦੀਆਂ ਉਹ ਤੋਂ ਵੱਧ ਨਿਕਲਦੀਆਂ ਜੀ 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 ਪ੍ਰੋਗਰਾਮ ਚੱਲ ਰਿਹਾ ਮੈਦਾਨ ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿਲੋਹਰੀ ਫਿਲਹਾਲ

manolo Panso unicheso by sefer cheso sart 5196220660 qtl because we care we ਪੰਜਾਬੀ ਪਿਆਲੀ ਕਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ ਪਰ ਜੁਐਲਰੀ ਕੀ ਥੋ ਲੈਣੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮਰਦਾ ਬੱਚਿਆਂ ਦੇ ਵਨਸਵਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਹਨਾਂ ਦੇ ਸ਼ੋਅਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਉ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਚੇਨ ਕੜੇ ਚੂੜੀਆਂ ਨਗਾਵਲੀਆਂ ਸੋਣੀਆਂ ਸੋਣੀਆਂ ਮੰਦਰੀਆਂ ਝੁੰਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ ਐਸੀ ਜੁਐਲਰ ਸ਼ਾਟਲ ਵਿੱਚ ਹਰ ਹਫ਼ਤੇ ਨਵੀਂ ਸ਼ਿਪਮੈਂਟ ਆਉਂਦੀ ਹੈ ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ ਜੋ ਵੀ ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 104 ਐਵੇਨਿਊ ਸਾਊਥ-ਈਸਟ ਕੈਂਟ ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆਹ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ एदा राज है एर्लिंग्टन फ्यूल स्टॉप एर्लिंग्टन फ्यूल स्टॉप 1801 पाइनियर स्ट्रीट हाईवे एग्जिट 208 थे जिथे तानो तो फ्री कॉफी फ्री फैक्स सर्विस फ्री ट्रक पार्किंग रोटी ठेका लॉन्ड्री शावर ते ट्रक का दा और भी सामान आसानी नाल मिलेगा उने कॉल करो 360 652 6 Lost Hill Travel Center, Choda Arso Choda, Alone Street, Lost Hills, phone number. ਜਿਸ ਸੋਈ ਕਾਰ 790 ਤੇ ਚੁਰਿੰਜਾ

ਬੇਤੇ ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢੱਲੋਰੀ ਢੱਲੋ ਸਾਬ ਹੁਣੇ ਮੈਨੂੰ ਇਹ ਮੈਂ ਪੜ ਰਿਹਾ ਸੀ ਬ੍ਰੇਕ ਦੇ ਵਿੱਚ ਸਦਾ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਕਹਿੰਦੇ ਜੀ ਸਿੰਘ ਸਹਿਬਾਨ ਦੇ ਖਿਲਾਫ ਇੱਕ ਬਹੁਤ ਵੱਡਾ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਹੈ ਇਹ ਤਾਂ ਜੀ ਸੁਖਵੀਰ ਸਿੰਘ ਬਾਦਲ ਨੂੰ ਹੋਈ ਕੌਣ ਕੀ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਹੈ ਕਿਹਦੇ ਵੱਲੋਂ ਕੀ ਹੋ ਰਿਹਾ ਹੈ ਸਿੰਘ ਸਹਿਬਾਨ ਬੜੇ ਹੁੰਦੇ ਪਰਾਪੇ ਕੰਡਾ ਕਿਹਦੇ ਵੱਲੋਂ ਚਲਾਇਆ ਜਾ ਰਿਹਾ ਇਹ ਵੇਖਣਾ ਇਹ ਵੇਖਣ ਵਾਲੀ ਗੱਲ ਹੈ ਉਹ ਕਹਿੰਦੇ ਵੀ ਸਿੰਘ ਸਾਹਿਬਾਨ ਨੂੰ ਡਰਾਇਆ ਤੁਮਕਾਇਆ ਜਾ ਰਿਹਾ ਹੂੰ ਹੂੰ ਕੋਈ ਕਹਿੰਦਾ ਸਿੰਘ ਸਾਹਿਬਾਨ ਦੇ ਖਿਲਾਫ ਜਿਹੜਾ ਪਰਾਪੇ ਕੰਡਾ ਚਲਾਇਆ ਜਾ ਰਿਹਾ ਜੀ ਸਿੰਘ ਸਾਹਿਬਾਨ ਕਹਿੰਦੇ ਵੀ ਭਾਈ ਕੋਈ ਆਪਣਾ ਰੌਲਾ ਗੋਲਾ ਨਾ ਪਾਇਓ ਹਾਂ ਇਹ ਮਤਲਬ ਤਿੰਨ ਵਰਜ ਨੇ ਜੀ ਜੋ ਕੁਝ ਹੋਣਾ ਦਾਨੇ ਵਾਲੇ ਸਾਹਿਬੇ ਤਾਂ 2 ਦਸੰਬਰ ਨੂੰ ਪਤਾ ਲੱਗਣਾ ਵੀ ਕੀ ਹੋਣਾ ਹੈ ਕੀ ਹੋਣਾ ਇਸ ਕਰਕੇ ਅਜੇ ਕੁਝ ਨਹੀਂ ਕਹਿ ਸਕਿਆ ਜੀ ਬਾਕੀ ਇਹਦੀ ਚੀਰ ਫੜ ਕਰਾਂਗੇ ਦੇਖਾਂਗੇ ਕੀ ਹੈ ਇਹਦੀ ਜਿਹੜੇ ਡੂੰਗੇ ਅਰਥ ਹੈ ਉਹ ਕੀ ਹੈ ਵੇ ਐ ਵੈਸੇ ਥੋੜੀ ਜੀ ਢੱਲੇਵਾਲ ਸਾਹਿਬ ਬਾਰੇ ਵੀ ਆਪਾਂ ਗੱਲਬਾਤ ਕਰ ਲਈਏ ਕਹਿੰਦੇ ਜੀ ਢੱਲੇਵਾਲ ਸਾਹਿਬ ਨੂੰ ਕਿਡਨੈਪ ਕਰਕੇ ਰੱਖਿਆ ਹੋਇਆ ਹੈ ਪੰਦੇਤ ਸਾਹਿਬ ਕਹਿੰਦੇ ਨਹੀਂ ਵੈਸੇ ਗੱਲ ਇਹ ਕਿ ਜਦੋਂ ਕਿਸੇ ਬੰਦੇ ਦੇ ਖਿਲਾਫ ਕੋਈ ਐਫਆਈਆਰ ਨਹੀਂ ਐਫਆਈਆਰ ਨਹੀਂ ਉਹਦੀ ਕੋਈ ਗ੍ਰਿਫਤਾਰੀ ਨਹੀਂ ਪਾਈ ਹੂੰ ਹੂੰ ਉਹ ਕਹਿੰਦਾ ਮੈਂ ਹਸਟਲ ਦੇ ਵਿੱਚ ਰਹਿਣਾ ਨਹੀਂ ਚਾਹੁੰਦਾ ਫੋਰਸਿਬਲੀ ਉਹਨੂੰ ਰੱਖਿਆ ਹੋਇਆ ਹੈ ਹੂੰ ਉਹਦੇ ਕਿਸੇ ਸਾਥੀ ਨੂੰ ਨਾਲ ਨਹੀਂ ਮਿਲਣ ਦਿੱਤਾ ਜਾ ਰਿਹਾ ਜੀ ਪਾਰਲੀਮੈਂਟ ਦੇ ਮੈਂਬਰ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ ਹੂੰ ਹੂੰ ਫਿਰ ਮੈਨੂੰ ਡੈਫੀਨੇਸ਼ਨ ਦੱਸੋ ਹੈ ਅਜਿਹੇ ਬੰਦੇ ਨੂੰ ਕੀ ਕਹਾਂਗੇ ਕੀ ਕਹਾਂਗੇ ਕਿ ਜੇ ਕਾਨੂੰਨੀ ਹਰਾਸਤ ਹੋਵੇ ਤਾਂ ਕਾਨੂੰਨੀ ਹਰਾਸਤ ਤੁਸੀਂ ਹਵਾਲਾਤ ਦੇ ਵਿੱਚ ਬੰਦੇ ਨੂੰ 24 ਘੰਟਿਆਂ ਤੋਂ ਵੱਧ ਨਹੀਂ ਰੱਖ ਸਕਦੇ ਜੀ 24 ਘੰਟੇ ਦੇ ਅੰਦਰ ਅੰਦਰ ਤੁਹਾਨੂੰ ਅਦਾਲਤ ਵਿੱਚ ਪੇਸ਼ ਕਰਨਾ ਪੈਣਾ ਜੀ ਅਗਲਾ ਹੁਕਮ ਅਦਾਲਤ ਨੇ ਦੇਣਾ ਉਹ ਪੁਲਿਸ ਰਿਮਾਂਡ ਦਿੰਦੀ ਹੈ ਉਹ ਜੁਡੀਸ਼ੀਅਨਲ ਰਿਮਾਂਡ ਦਿੰਦੀ ਹੈ ਉਹਨੇ ਕੀ ਕਰਨਾ ਜੀ ਯਾ ਕਈ ਵਾਰੀ ਹੁੰਦਾ ਕੁਝ ਐਕਟਰ ਜਿਹੇ ਹੈਗੇ ਜਿਹਦੇ ਚ ਬੰਦੇ ਨੂੰ ਨਜ਼ਰਬੰਦ ਕੀਤਾ ਜਾਂਦਾ ਨਾ ਤੁਸੀਂ ਨਜ਼ਰਬੰਦ ਕੀਤਾ ਕੁਝ ਵੀ ਨਹੀਂ ਕੀਤਾ ਨਾ ਗ੍ਰਿਫਤਾਰ ਕੀਤਾ ਇਹਨਾਂ ਨੂੰ ਨਜ਼ਰਬੰਦ ਕੀਤਾ ਕਹਿੰਦੇ ਜੀ ਇਲਾਜ ਕਰਾਉਣੀ ਆ ਹੂੰ ਹੂੰ ਇਲਾਜ ਤਾਂ ਭਾਈ ਦੁਨੀਆ ਬਥੇਰੀ ਤੁਰੇ ਫਿਰਦੀ ਐ ਸੜਕਾਂ ਤੇ ਹੋਰਾਂ ਦਾ ਕਰਾ ਦੇ ਹੋਰਾਂ ਦਾ ਕਰਾ ਦੇ ਜਿਹੜੇ ਲੋਕ ਉੱਥੇ ਠੱਕੇ ਕੰਦੇ ਫਿਰਦੇ ਉਹਨਾਂ ਦਾ ਤਾਂ ਇਲਾਜ ਨਹੀਂ ਹੁੰਦਾ ਜੀ ਤੇ ਇਹਨਾਂ ਦਾ ਇਲਾਜ ਕਿਉਂ ਇਹ ਡੱਲੇਵਾਲ ਸਾਹਿਬ ਦੇ ਤੇ ਮੈਨੂੰ ਤਾਂ ਲੱਗਦੀ ਆ ਵੀ ਸਰਕਾਰ ਨੇ ਪੰਗਾ ਲੈ ਲਿਆ ਅੱਛਾ ਪੁੱਠਾ ਪੰਗਾ ਲੈ ਲੈ ਦਿੱਤੀ ਹੈ ਹਾਂ ਪੁੱਠਾ ਅਸੀਂ ਬੋਕਦੇ ਸੰਗਾ ਨੂੰ ਹੱਥ ਬਿਲਕੁਲ ਪੁੱਠਾ ਪੰਗਾ ਲੈ ਲੈ ਕੇ ਤੁਹਾਡੇ ਖਿਲਾਫ ਤਾਂ ਲੜਾਈ ਨਹੀਂ ਸੀ ਰੌਲਾ ਤਾਂ ਉਹੀ ਆ ਮੈਂ ਲੜਾਈ ਤਾਂ ਉਹਨਾਂ ਦੀ ਦਿੱਲੀ ਵਾਲੇ ਦੀ ਦਿੱਲੀ ਵਾਲੇ ਤੁਸੀਂ ਸਨ ਵਿਚਾਲੇ ਆਪਦੇ ਸਰ ਪੰਜਾਬੀ ਦੀ ਇੱਕ ਕਹਾਵਤ ਹੈ ਨਾ ਵੀ ਜਾਂਦਗੇ ਬੁਲਾਏ ਦੁਪਹਿਰਾ ਕੱਟ ਜਾ ਦੁਪਹਿਰਾ ਕੱਟ ਜਾ ਤੁਸੀਂ ਤਾਂ ਦੁਪਹਿਰਾ ਕੱਟਣ ਆਸੇ ਸਰਦਾ ਆਦੀਆ ਵੀ ਦੇਤਾ ਹੂੰ ਹੂੰ ਗਲਤ ਕੰਮ ਹੋ ਗਿਆ ਗਲਤ ਕੰਮ ਹੋ ਗਿਆ ਗਲਤ ਕੰਮ ਹੋ ਗਿਆ ਉਹਨੇ ਗਲਤ ਕੰਮ ਦੇ ਪਿੱਛੇ ਕੀ ਆ ਆਪਾਂ ਤਾਂ ਕਿਉਂਕਿ ਬਾਰ ਬਾਰ ਆਪਾਂ ਰਿਪੀਟ ਕਰਦੇ ਚੰਗੇ ਨਹੀਂ ਲੱਗਦੇ ਆਪਾਂ ਤਾਂ ਦੱਸਦਾ ਸੀ ਜੀ ਕਿ ਅਸਲ ਕਾਰਨ ਇਹਦਾ ਪੋਲੀਟੀਕਲ ਹੈ ਹੂੰ ਕਿ ਕੋਈ ਵੀ ਘਟਨਾ ਵਾਪਰਦੀ ਹੈ ਦਾਨੇ ਵਾਲੀਏ ਸਾਹਿਬ ਉਹਦੇ ਪਿੱਛੇ ਕੋਈ ਨਾ ਕੋਈ ਪੋਲਿਟਿਕਸ ਹੁੰਦੀ ਹੈ ਬਿਲਕੁਲ ਬਿਲਕੁਲ ਵਿਦਆਊਟ ਪੋਲਿਟਿਕਸ ਕੋਈ ਇਹ ਹੀ ਘਟਨਾ ਨਹੀਂ ਵਾਪਰਦੀ ਹੈਗੀ ਹਾਂ ਜੀ ਅੱਜ ਥੱਲੇ ਸਭ ਕੱਲ ਆਪਾਂ ਗੱਲ ਕੀਤੀ ਸੀਗੀ ਵੀ ਬਾਲ ਬੈਂਕਵੇਂ ਦੇ ਜਿਹੜੇ ਆਪਣੇ ਤਹਿਸੀਲਦਾਰ ਸਾਹਿਬਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸਾਰੇ ਹੜਤਾਲ ਤੇ ਚੜੇ ਗਏ ਲੋਕ ਬੜੇ ਦੁਖੀ ਨੇ ਆਪਣੀ ਗੱਲਬਾਤ ਸੁਣ ਕੇ ਨਾ ਮੈਨੂੰ ਬਰਨਾਲੇ ਤੋਂ ਇੱਕ ਭਾਈ ਸਾਹਿਬ ਨੇ ਬਹੁਤ ਡਿਟੇਲ ਮੈਸੇਜ ਭੇਜਿਆ ਕਹਿੰਦੇ ਜੀ ਇਹਦੇ ਚ ਇੱਕ ਸਾਜ਼ਿਸ਼ ਹੈ ਦੂਜੇ ਪਾਸੇ ਉਹ ਮਾਲ ਅਧਿਕਾਰੀਆਂ ਨੇ ਵੀ ਆਪ ਦਾ ਪੱਖ ਰੱਖਿਆ ਕਹਾਣੀ ਕੀ ਹੈ ਵਿੱਚ ਇਹ ਕਹਿੰਦੇ ਬੜਾ ਕੁਝ ਨਿਕਲ ਕੇ ਆ ਰਿਹਾ ਹੈ ਦੇਖੋ ਗੱਲ ਇਹ ਹੈ ਕਿ ਜਦੋਂ ਕਿਸੇ ਮਾਲ ਅਧਿਕਾਰੀ ਨੂੰ ਤਹਿਸੀਲਦਾਰ ਹੋਵੇ ਨੈਤ ਤਹਿਸੀਲਦਾਰ ਹੋਵੇ ਪਟਵਾਰੀ ਹੋਵੇ ਕਾਨੂੰਗੋ ਹੋਵੇ ਉਹਦੀ ਗ੍ਰਿਫਤਾਰੀ ਹੁੰਦੀ ਹੈ ਹੂੰ ਹੂੰ ਉਹਨੂੰ ਆਮ ਤੌਰ ਤੇ ਸਮਾਜ ਦੇ ਵਿੱਚ ਜਾਇਜ਼ ਸਮਝਿਆ ਜਾਂਦਾ ਵੀ ਯਾਰ ਪੈਸੇ ਬਹੁਤ ਲੈਂਦੇ ਜੀ ਦਾਨੀਲ ਗਿਆ ਸਾਹਿਬ ਬਿਨਾਂ ਸ਼ੱਕ ਕੋਈ ਪੈਸੇ ਮੈਂ ਨਹੀਂ ਕਹਿੰਦਾ ਵੀ ਨਹੀਂ ਲੈਂਦੇ ਜ਼ਰੂਰ ਲੈਂਦੇ ਜੀ ਪਰ ਉਹ ਪੈਸੇ ਕੀ ਉਹਨਾਂ ਦੀਆਂ ਆਉਂਦੀਆਂ ਜੇਬਾਂ 'ਚ ਪੈਂਦੇ ਹੂੰ ਹੂੰ ਆਮ ਤੌਰ ਤੇ ਹੁਣ ਤਾਂ ਪ੍ਰੈਸ ਕਾਨਫਰੰਸ ਇਹ ਸਰਕਾਰ ਦੇ ਵਿੱਚ ਨਹੀਂ ਹੁੰਦੀਆਂ ਪਰ ਪਿਛਲੀਆਂ ਸਰਕਾਰਾਂ 'ਚ ਪ੍ਰੈਸ ਕਾਨਫਰੰਸਾਂ ਹੁੰਦੀਆਂ ਰਹੀਆਂ ਹੁੰਦੀਆਂ ਰਹੀਆਂ ਬਿਲਕੁਲ ਔਰ ਪ੍ਰੈਸ ਕਾਨਫਰੰਸਾਂ ਆਯੋਜਿਤ ਕਰਨ ਵਾਸਤੇ ਜ਼ਿਲ੍ਹੇ ਦੇ ਵਿੱਚ ਕਦੇ ਕੋਈ ਫੰਡਰ ਹੈ ਡਿਪਟੀ ਕਮਿਸ਼ਨਰ ਦੇ ਕੋਲੇ ਪਬਲਿਕ ਰਿਲੇਸ਼ਨ ਦੇ ਕੋਲੇ ਸਿਰਫ ਤੇ ਸਿਰਫ ਚਾਹ ਪਾਣੀ ਹੈ ਜੀ ਜਦੋਂ ਕੋਈ ਪ੍ਰੈਸ ਕਾਨਫਰੰਸ ਹੋਣੀ ਹੈ ਉਹ ਪ੍ਰੈਸ ਕਾਨਫਰੰਸ ਚਾਹੇ ਮਿਨਿਸਟਰ ਦੀ ਹੋਵੇ ਚਾਹੇ ਚੀਫ ਮਿਨਿਸਟਰ ਦੀ ਹੋਵੇ ਵੱਡੀ ਪ੍ਰੈਸ ਕਾਨਫਰੰਸ ਹੋਵੇ ਘੱਟੋ ਘੱਟ ਉਸ ਤੇ 10-12000 ਰੁਪਏ ਦਾ ਖਰਚਾ ਹੈ ਹੂੰ ਹੂੰ ਮੇਰਾ ਦਿਨਕ ਤਿਆਰਬਾ ਜਨ ਲਈ ਸਮੇ ਦਾ ਦੇਖਦਾ ਰਹੇ ਹਾਂ ਬਹੁਤ ਲੰਬਾ ਸਮਾਂ ਆਪਾਂ ਐਕਟਿਵ ਜਿਹੜੀ ਹੈਗੀ ਇਹ ਪੱਤਰਕਾਰਤਾ ਕੀਤੀ ਹੈ ਜੀ ਕਿ ਜਦੋਂ ਇਹ ਉਹ ਚਾਹ ਪਾਣੀ ਚੱਲਦਾ ਹੁੰਦਾ ਸਮੋਸੇ ਆਉਂਦੇ ਹੁੰਦੇ ਮੈਂ ਤਾਂ ਇੱਕ ਵਾਰੀ ਕਹਿ ਵੀ ਦਿੱਤਾ ਸੀ ਕਿ ਤਹਿਸੀਲਦਾਰ ਹੁੰਦਾ ਆਪਣੇ ਮਿਲਗਨ ਵਾਲਾ ਸੀ ਬਿਠਣ ਦੇ ਲਈ ਸੀ ਮੋੜਾ ਜੀ ਅਰਵਿੰਦਰ ਬਾਂਸਲ ਉਹ ਖੜਾ ਤੇ ਉਹ ਜਦੋਂ ਕੋਲੇ ਖੜੋਤਾ ਤੇ ਉਧਰੋਂ ਕਦੇ ਖੁਸ਼ ਆ ਰਿਹਾ ਕਦੇ ਖੁਸ਼ ਆ ਰਿਹਾ ਨਜ਼ਰ ਮਾਰ ਸਾਨੀ ਵੀ ਕਰ ਰਿਹਾ ਤੇ ਹੁਕਮ ਵੀ ਦੇ ਰਿਹਾ ਲੈ ਕੇ ਆ ਵਾ ਲੈ ਕੇ ਪ੍ਰੈਸ ਨੂੰ ਖੁਸ਼ ਕਰੋ ਤੇ ਮੈਂ ਹੱਸ ਪਿਆ ਮੇਰੇ ਆਪਣੇ ਜਿਹੜੇ ਫਾਊਂਡਰ ਪ੍ਰਧਾਨ ਸੀ ਆਪਣੇ ਕਲੱਬ ਦੇ ਐਸਪੀ ਸ਼ਰਮਾ ਸਾਹਿਬ ਮੈਨੂੰ ਕਹਿੰਦੇ ਕੀ ਗੱਲ ਤੂੰ ਹੱਸਦਾ ਹੈ ਜੀ ਬੋ ਕਿ ਜੀ ਮੈਂ ਹੱਸਦਾ ਵੀ ਅਸੀਂ ਕਰਦੇ ਆ ਜੱਟਾਂ ਨਾਲ ਧੱਕਾ ਹੁੰਦਾ ਫਲਾ ਅਸੀਂ ਜੱਟਾਂ ਦਾ ਲਹੂ ਪੀ ਰਹੇ ਹਾਂ ਹਾਂ ਹੱਡੀਆਂ ਖਾ ਰਹੇ ਹਾਂ ਤੇ ਲਹੂ ਪੀ ਰਹੇ ਹਾਂ ਜੀ ਕਹਿੰਦੇ ਕਿਵੇਂ ਮੈਂ ਕਿਹਾ ਉਹ ਤਹਿਸੀਲਦਾਰ ਖੜਾ ਹੈ ਹੂੰ ਉਹ ਤਹਿਸੀਲਦਾਰ ਦਾ ਸਾਡੀ ਪ੍ਰੈਸ ਕਾਨਫਰੰਸ ਨਾਲ ਕੀ ਤਾਲੁਕ ਜੀ ਬਿਲਕੁਲ ਉਹ ਉਹਨੂੰ ਤਹਿਸੀਲਦਾਰ ਨੂੰ ਡਿਪਟੀ ਕਮਿਸ਼ਨਰ ਨੇ ਕਿਹਾ ਤੇਰੀ ਜ਼ਿੰਮੇਵਾਰੀ ਹੈ ਪਾਈਥੂ ਇਹ ਕੰਮ ਕਰ ਹਾਂ ਜੀ ਤਾਂ ਉਹਨੇ ਜਿਹੜੇ ਰਜਿਸਟਰੀ ਵਾਲਿਆਂ ਤੋਂ ਪੈਸੇ ਲਏ ਉਹਨਾਂ ਚੋਂ 10% ਕੱਢੂਗਾ। ਮਹਾਂ ਚੋਂ ਕੱਢਣਾ ਹੋਰ ਉਹਦੇ ਉਹਦੇ ਘਰੋਂ ਤਾਂ ਕੋਈ ਲਿਆਉਂਦਾ ਨਹੀਂ ਤਨਖਾਹ। ਤਨਖਾਹ ਚੋਂ ਤਾਂ ਕੋਈ ਜ਼ਿੰਦਾਰੀ ਦਾ ਠੀਕ ਹੈ। ਉਹ ਲੈ ਕੇ ਆਉਂਦਾ ਤੇ ਜਿਹੜੇ ਪੈਸੇ ਆਏ ਜੱਟਾਂ ਤੋਂ ਹੀ ਲੈਂਦੇ ਆ ਕਿਸਾਨਾਂ ਤੋਂ। ਜੱਟਾਂ ਤੋਂ ਭਾਵੇਂ ਕਿਸਾਨਾਂ ਤੋਂ। ਕਿਸਾਨਾਂ ਤੋਂ ਬਿਲਕੁਲ। ਉਹਨਾਂ ਦੀਆਂ ਬਾਹਾਂ ਮਰੋੜ ਮਰੋੜ ਕੇ ਜਿਹੜੀਆਂ ਕੱਡੀਆਂ ਮਖਾ ਸਰੰਜਾਂ ਦੇ ਨਾਲ ਉਹਨਾਂ ਦੀਆਂ ਨਾੜਾਂ ਚੁੱਕ ਡੇ ਭਾਈ ਆਪਾਂ ਖਾਨੇ ਆ। ਜੀ। ਹੁਣ ਮੈਨੂੰ ਇਹ ਦੱਸੋ ਕਿ ਇਸ ਮਾਮਲੇ ਦੇ ਵਿੱਚ ਕਦੇ ਕਿਸੇ ਡਿਪਟੀ ਕਮਿਸ਼ਨਰ ਨੇ ਕਿਸੇ ਤੇ ਤਹਿਸੀਲਾਰ ਦੇ ਖਿਲਾਫ ਇਹ ਗੱ ਇੱਕ ਕੋ ਮਿਸਾਲ ਦਿੰਨਾ ਮੈਂ ਜੀ ਇੱਕ ਵਾਰੀ ਵਿਜੀਲੈਂਸ ਬਿਊਰੋ ਵਾਲਿਆਂ ਨੇ ਕਰਾਪਟ ਤਹਿਸੀਲਦਾਰਾਂ ਦੀ ਕਥਤ ਕਰਾਪਟਾਂ ਹਾਂ ਕਥਤ ਕਰਾਪਟਾਂ ਦੀ ਲਿਸਟ ਜਾਰੀ ਕਰਤੀ ਉਹਦੇ ਤਹਿਸੀਲਦਾਰ ਨੇ ਰੌਲਾ ਪਾਇਆ ਵੀ ਸਾਨੂੰ ਤੁਸੀਂ ਕਰਾਪਟ ਕਹਿਨੀਓ ਹੂੰ ਬਾਕੀ ਉਹ ਠੀਕ ਹੈ ਸਿਸਟਮ ਹੈ ਸਿਸਟਮ ਦੇ ਸਾਹਬ ਨਾਲ ਪੈਸੇ ਇਕੱਠੇ ਕਰੀ ਜਾਂਦੇ ਇਹਨੂੰ ਚਾਹੀਦੇ ਇਹਨੂੰ ਚਾਹੀਦੇ ਉਹ ਉਹਨਾਂ ਦੇ ਰਾਹੀਂ ਪੈਸਾ ਕਰਾਉਂਦੇ ਇਹ ਪੋਲੀਟੀਕਲ ਪਾਰਟੀਆਂ ਵੀ ਕਰਦੀਆਂ ਕੀ ਪੋਲੀਟੀਕਲ ਲੀਡਰ ਜੋ ਦੂਜੀਆਂ ਸਟੇਟਾਂ ਦੇ ਵਿੱਚ ਜਾਂ ਕੇਂਦਰ ਨੂੰ ਪੈਸਾ ਚਾਹੀਦਾ ਲੋਕ ਇਕੱਠੇ ਨਹੀਂ ਕਰਦੇ ਮੈਂ ਕਰਦੇ ਆਪਦੀ ਸੈਂਟਰ ਲੀਡਰਸ਼ਿਪ ਸੈਂਟਰ ਲੀਡਰਸ਼ਿਪ ਪਾਸੇ ਸਾਰਾ ਕੁਝ ਕਰਦੇ ਉਹ ਕਹਿੰਦੇ ਸਿਸਟਮ ਜਿਵੇਂ ਉਹ ਕਰਦੇ ਆ ਸਾ ਤੂੰ ਸਾਥੋਂ ਸਿਸਟਮ ਕਰਵਾ ਰਿਹਾ ਤਾਂ ਇਹ ਉਹ ਜਦੋਂ ਲਿਸਟ ਦਾ ਰੌਲਾ ਪੈ ਗਿਆ ਹੂੰ ਹੂੰ ਤੇ ਕੇਪੀਸ ਨਾਲ ਮੇਰੇ ਖਰ ਇਹਹੀ ਸੀ ਤੇ ਜਾਂ ਪਤਾ ਨਹੀਂ ਉਹ ਜਿਹੜੇ ਸੀ ਦੂਜੇ ਆਪਣੇ ਕ੍ਰਿਸ਼ਨ ਕੁਮਾਰ ਸ਼ਾਇਦ ਉਹ ਐਪਸ ਸਿੱਗੇ ਇਨਦੇ ਸੈਕਟਰੀ ਨਾਲ ਮੈਕ ਫੀਸੀਆ ਐਫਸੀਆ ਤੇ ਰੌਲਾ ਪੈ ਗਿਆ ਜੀ ਉਹ ਕਹਿੰਦੇ ਜੀ ਤੁਸੀਂ ਸਾਨੂੰ ਵਿਜੀਲੈਂਸ ਵਾਲੇ ਆ ਕਹਿੰਦੇ ਹਾਂ ਉਹਨੇ ਲਿਸਟ ਬਣਾਈ ਜੀ ਤੇ ਲਿਸਟ ਵਾਰੀ ਕੀ ਉਹ ਕਹਿੰਦੇ ਇਹ ਲਿਸਟਾਂ ਕਈ ਵਾਰੀ ਕਈ ਵੇ ਕਈ ਵਾਰੀ ਆਗੇ ਹਾਂ ਹਾਂ ਕਰਨਾ ਕਰਾਉਣਾ ਤਾਂ ਅਸੀਂ ਜਿਹੜਾ ਕੁਝ ਕਰਨਾ ਹਰ ਵਾਰੀ ਸਮਝਾਉਣਾ ਹੁੰਦਾ ਇਹਨਾਂ ਦਾ ਜੀ ਹਰ ਕਿਸੇ ਕਿਉਂਕਿ ਇਹ ਇੱਕ ਅਜੀਹਾ ਪੁਰਜਾ ਹੈ ਜਿਹੜੇ ਪੁਰਜੇ ਬਨਾ ਸਟੇਟ ਦਾ ਕੰਮ ਨਹੀਂ ਚੱਲ ਸਕਦਾ ਇੱਕ ਅੱਜ ਤਾਂ ਚਲੋ ਅੱਜ ਕੱਲ੍ਹ ਦੋ ਦਿਨ ਦੀ ਹੜਤਾਲ ਹੋਈ ਇਹਦੇ ਦੌਰਾਨ ਹੀ ਲੋਕਾਂ ਦਾ ਕਚੂਰ ਨਿਕਲ ਗਿਆ ਜਿਹੜੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਇਧਰ ਉਧਰ ਕਰਨੀਆਂ ਜੀ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਆਉਂਦੇ ਆ ਸਾਡੇ ਭਾਈਚਾਰੇ ਦੇ ਲੋਕ ਇਸ ਸਮੇਂ ਦੇ ਵਿੱਚ ਜੀ ਉਹਨਾਂ ਨੇ ਆ ਕਿ ਹੇਠਾ ਉੱਤਾਂ ਕਰਨਾ ਹੁੰਦਾ ਸਾਰੇ ਦਾ ਸਾਰਾ ਰੁਕ ਗਿਆ ਜੀ ਹੁਣ ਇਹ ਜਦੋਂ ਤਹਿਸੀਲਦਾਰ ਸਾਹਿਬ ਫੜੇ ਗਏ ਜੀ ਇਹ ਤਹਿਸੀਲਦਾਰਾਂ ਦਾ ਪ੍ਰਧਾਨ ਵੀ ਆਪਾਂ ਕੱਲ ਵੀ ਕਹੀ ਸੀ ਹਾਂ ਜੀ ਪ੍ਰਧਾਨ ਅਸੀਂ ਜਿਹੜਾ ਜੋ ਪ੍ਰੈਸ ਨੋਟ ਕੱਢਿਆ ਬਿਜਲੈਸ ਬਿਊਰੋ ਵਾਲਿਆਂ ਨੇ ਆਪਾਂ ਉਹ ਤੇ ਗੱਲ ਕੀਤੀ ਜੀ ਮੈਂ ਕੱਲ ਬਿਜਿਲੈਂਸ ਬਿਰੋ ਦੇ ਕਿਸੇ ਵੱਡੇ ਅਫਸਰ ਨੂੰ ਮਿਲਿਆ ਵੀ ਸੀ ਠੀਕ ਹੈ ਜੀ ਗੱਲ ਉੱਥੇ ਵੀ ਚਲੀ ਹੂੰ ਤੇ ਮੈਨੂੰ ਵੀ ਇਹ ਗੱਲ ਲੱਗੀ ਵੀ ਗੱਲ ਚੰਗੀ ਕੀਤੀ ਹੈ ਮੈਂ ਕਿਹਾ ਜੀ ਤੁਸੀਂ ਤਾਂ ਵਧੀਆ ਗੱਲ ਕੀਤੀ ਉਹ ਕਹਿੰਦੇ ਦੇਖ ਲਓ ਜੀ ਸਾਡੇ ਖਿਲਾਫ ਯਾਰ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਅਸੀਂ ਇੱਕ ਬੰਦਾ ਗ੍ਰਿਫਤਾਰ ਕੀਤਾ ਉਹ ਵੀ ਤਹਿਸੀਲਦਾਰ ਤਹਿਸੀਲਦਾਰ ਸਾਡੇ ਖਿਲਾਫ ਵੀ ਕਹਿੰਦੇ ਧਰਨੇ ਲੱਗੇ ਜਾਂਦੇ ਹੁਣ ਜਿਹੜੇ ਧਰਨੇ ਲਾਉਣ ਵਾਲੇ ਉਹਨਾਂ ਦਾ ਪੱਖ ਆ ਗਿਆ ਉਹਨਾਂ ਦਾ ਪੱਖ ਆ ਗਿਆ ਉਹ ਕਹਿੰਦੇ ਅਸੀਂ ਧਰਨਾ ਕਿਉਂ ਲਾਉਣੀ ਆ ਹੂੰ ਕਿਉਂਕਿ ਆਪਣੇ بڑے ਅਜ਼ੀਜ਼ ਬੰਦੇ ਵਿੱਚ ਹੈਗੇ ਆ ਤਹਿਸੀਲਦਾਰ ਨਾ ਤਹਿਸੀਲਦਾਰ ਹੈਗੇ ਮੁੰਡੇ ਬੜ ਉਨ੍ਹਾਂ ਦੇ ਵਿੱਚੋਂ ਉਹਨਾਂ ਨੇ ਕੱਲ ਜਿਹੜੀ ਉੱਥੇ ਜਲਸਾ ਕੀਤਾ ਹੈ ਉੱਥੇ ਜਿਹੜਾ ਧਰਨਾ ਦਿੱਤਾ ਹੈ ਉਹਦੇ ਵਿੱਚ ਇੱਕ ਲੇਡੀ ਅਫੀਸਰ ਆਪ ਜਿਹੜੀ ਤਸਵੀਰਾਂ ਲੱਗੀਆਂ ਲੇਡੀ ਅਫੀਸਰ ਜਿਹੜੀ ਬੋਲ ਵੀ ਰਹੀ ਹੈ ਉਹ ਕਹਿੰਦੇ ਸਾਡੇ ਤਹਿਸੀਲਦਾਰ ਦਾ ਕੋਈ ਗੁਨਾਹ ਨਹੀਂ ਹੈ ਜੀ ਅਸਲ ਦੇ ਵਿੱਚ ਕਹਾਣੀ ਇਹ ਹੋਈ ਕਿ ਇੱਕ ਨਾਇਬ ਤਹਿਸੀਲਦਾਰ ਸੀ ਉੱਥੇ ਦਾ ਤਪੇ ਦਾ ਆ ਸੌਰੀ ਕਾਨੂੰਗੋ 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 ਤਪੇ ਦਾ ਕਾਨੂੰਗੋ ਸੀ ਉਹ ਕਾਨੂੰਗੋ ਦੇ ਖਿਲਾਫ ਕੋਈ ਕੰਪਲੇਂਟ ਸੀ ਉਹ ਸਿੱਧੇ ਰਸਤੇ ਨਹੀਂ ਸੀ ਚੱਲਦਾ ਤਹਿਸੀਲਦਾਰ ਦੀ ਰਿਪੋਰਟ ਦੇ ਉੱਤੇ ਕਾਨੂੰਗੋ ਦੇ ਖਿਲਾਫ ਐਕਸ਼ਨ ਹੋਇਆ ਤੇ ਸਸਪੈਂਡ ਹੋ ਗਿਆ ਉਸ ਤੋਂ ਬਾਅਦ ਕਹਿੰਦੇ ਨਾਲ ਦੀ ਨਾਲ ਉਸ ਬੰਦੇ ਨੇ ਇੱਕ ਕੰਮ ਸ਼ੁਰੂ ਕਰਤਾ ਤੇ ਉਹਨੇ ਬਿਜੀਲੈਂਸ ਵਿਭਾਗ ਦੇ ਇੱਕ ਅਧਿਕਾਰੀ ਨਾਲ ਮਿਲ ਕੇ ਸਾਰੀ ਬਿਜੀਲੈਂਸ ਬਿਊਰੋ ਨਹੀਂ ਕੀ ਉਹਨਾਂ ਨੇ ਇੱਕ ਅਧਿਕਾਰੀ ਨਾਲ ਮਿਲ ਕੇ ਉਹਨੇ ਸਾਰੀ ਮਤਲ ਜਿਹੜੀ ਹੈ ਬਿਊਰਚਨਾ ਰਚੀ ਹੈ ਜੀ ਔਰ ਇਸ ਬਿਊਰਚਨਾ ਦੇ ਨਤੀਜੇ ਵਜੋਂ ਸਾਡਾ ਜਿਹੜਾ ਹੈਗਾ ਤਹਿਸੀਲਦਾਰ ਇਹਨੂੰ ਨਜ਼ਾਇਜ਼ ਗ੍ਰਿਫਤਾਰ ਕੀਤਾ ਜੀ ਅਗਲੀ ਗੱਲ ਜਿਹੜੀ ਉਹਨੇ ਕਿਹਾ ਕਹਿੰਦੇ ਵੀ ਇਹ ਸਾਡੇ ਲਈ ਹੋਰ ਵੀ ਖਤਰਾਗਰ ਹੈ ਕਿ ਉਹ ਸਾਨੂੰ ਮਿਲ ਨਹੀਂ ਦਿੱਤਾ ਗਿਆ ਜਿਵੇਂ ਕੋਈ ਟੈਰਰਿਸਟ ਹੋਵੇ ਹਮਮ ਆਫਟਰ ਆਲ ਸਰਕਾਰ ਹਸਤੇ ਰੈਵਨੂ ਇਕੱਠਾ ਕਰਨ ਵਾਲਾ ਅਧਿਕਾਰੀ ਹੈ ਹਾਂ ਹਾਂ ਜੇ ਉਹ ਫੜਿਆ ਵੀ ਗਿਆ ਕੋਈ ਵੀ ਬੰਦਾ ਫੜਿਆ ਜਾ ਮੈਨੂੰ ਮਿਲਦਾ ਦਿੰਦਾ ਹੀ ਜੀ ਜੇ ਉਹਨੂੰ ਮਿਲਣ ਵੀ ਨਹੀਂ ਦਿੱਤਾ ਗਿਆ ਇਥੋਂ ਇਹ ਲੱਗਦੀ ਹੈ ਕਿ ਜਿਹੜੇ ਅਧਿਕਾਰੀ ਨੇ ਉਹਨੂੰ ਫੜਿਆ ਵੈ ਜੀ ਉਹਦੀ ਰੰਜਿਸ਼ ਉਹਦੇ ਨਾਲ ਹੈ ਕਿ ਇਹਨੂੰ ਆਪਾਂ ਮਿਲ ਨਹੀਂ ਦੇ ਰਹੇ ਇਹਨੂੰ ਤੰਗ ਪ੍ਰੇਸ਼ਾਨ ਕਰ ਰਹੇ ਠੀਕ ਹੈ ਜੀ ਉਹਨੂੰ ਉਹਨੇ ਕਿਹਾ ਸੀ ਜੀ ਉਨੀ ਦੇਰ ਤੱਕ ਕੰਮ ਨਹੀਂ ਕਰਨਾ ਹਮਮ ਕਿਉਂਕਿ ਇਹ ਮਦਦ ਜਹੀ ਹੈ ਜਿਹੜੀ ਮਦਦ ਦਾ ਕੰਮ ਚਲਾਉਂਦਾ ਚਲਾਉਣਾ ਰੱਖਣਾ ਸਰਕਾਰ ਲਈ ਜਰੂਰੀ ਹੈ ਠੀਕ ਹੈ ਜੀ ਮੇਰਾ ਖਿਆਲ ਵੱਧ ਤੋਂ ਵੱਧ ਇਹ ਹੁੰਦੀ ਪੜਤਾਲ ਕਰਵਾ ਲਓ ਦੇਖ ਲਓ ਜੇ ਤਾਂ ਬਜਾ ਰੰਜਸ਼ੇ ਹੁੰਦੀ ਹੈ ਕਿ ਮਦਈ ਉਹਦਾ ਜਿਹੜਾ ਹੈਗਾ ਨੇੜਲੇ ਫਿਰ ਤਾਂ ਮੈਦਾਨੇ ਵਾਲੇ ਸਭ ਤੁਹਾਨੂੰ ਇੱਥੇ ਇੱਕ ਜਾਣਕਾਰੀ ਦੇਣਾ ਆਪਣੇ ਤਲਵੰਡੀ ਇਨਸਪੈਕਟਰ ਹੁੰਦਾ ਸੀ ਮਹਿੰਦਰਜੀਤ ਸਿੰਘ ਹਾਂਜੀ ਹਾਂਜੀ ਪੁਲਿਸ ਪੁਲਿਸ ਦੇ ਵਿੱਚ ਉਹਨੂੰ ਟਰੈਪ ਲਗਾਇਆ ਸੀ ਉਹਨੂੰ ਗ੍ਰਿਫਤਾਰ ਕੀਤਾ ਸੀ ਵਿਜੀਲੈਂਸ ਵਾਲੇ ਹਾਂਜੀ ਹੁਣ ਉਹਨੂੰ ਟਰੈਪ ਲੱਗਿਆ ਸਾਰਾ ਕੁਝ ਹੋ ਗਿਆ ਬਾਅਦ ਵਿੱਚ ਜਦੋਂ ਪੜਤਾਲ ਕੀਤੀ ਤੇ ਲੋ ਪੁਲਸਤਾ ਕੇਸ ਬੜ ਗਿਆ ਵਿਜੀਲੈਂਸ ਦਾ ਉਹਨਾਂ ਨੇ ਤਾਂ ਆਪ ਦਾ ਟੰਗ ਤਾਂ ਟੰਗ ਤਾਂ ਹਾਂਜੀ ਬਾਅਦ ਵਿੱਚ ਜਦੋਂ ਪੜਤਾਲ ਆਪਣੇ ਪੱਧਰ ਤੇ ਹੋਈ ਪਤਾ ਲੱਗਿਆ ਕਿ ਇਨਫੈਕਟ ਹੂੰ ਉਸੇ ਬੰਦੇ ਨੇ ਇਹਨਾਂ ਦੀ ਜਿਹੜੀ ਹੈਗੀ ਐਂਟੀ ਆਪਣੀ ਕੰਪਲੇਂਟ ਉਹ ਤੇ ਆਪਣੀ ਕਿਉਂਕਿ ਇੰਟੈਲੀਜੈਂਸ ਬਿਊਰੋ ਦੇ ਬਲੋਂ ਉਦੋਂ ਇੱਥੇ ਜੈਨ ਸਾਹਿਬ ਹੁੰਦੇ ਸੀਗੇ ਡਾਕਟਰ ਜਤਿੰਦਰ ਜੈਨ ਜਿਹੜੇ ਡੀਜੀਪੀ ਸਪੈਸ਼ਲ ਐਗੇ ਉਹ ਹੁੰਦੇ ਸੀਗੇ ਤੇ ਉਹਨਾਂ ਨੇ ਮਤਲਬ ਜਿਹੜਾ ਨਸ਼ਿਆਂ ਦੇ ਖਿਲਾਫ ਉਹਨਾਂ ਦੇ ਕੋਲ ਦੋ ਪੋਸਟਾਂ ਸੀ ਜੀ ਉਹ ਆਈਜੀਬੀ ਸੀ ਯੂਨਿ ਤੇ ਇੰਟੈਲੀਜ ਸਿਵੀ ਆਈ ਡੀ ਸੀ ਉਹਨਾਂ ਨੇ ਚਲਾਈ ਸੀ ਇਸ ਗੱਲ ਦੇ ਉੱਤੇ ਕਿ ਬੰਦਿਆਂ ਨੂੰ ਫੜਾ ਫੜਾਈ ਕਰੋ ਹੂੰ ਹੂੰ ਕਿਸੇ ਤਰੀਕੇ ਦੇ ਨਾਲ ਇਨਫੋਰਮੇਸ਼ਨ ਮਿਲ ਗਈ ਉਹਨਾਂ ਦਿਨਾਂ ਦੇ ਵਿੱਚ ਆ ਟੈਲੀਫੋਨਾਂ ਜਿਹੜਾ ਲਾਗੇ ਸੀਗੇ ਇਹ ਸਰਵੇਲੈਂਸ ਕਰਨਾ ਜੀ ਪਤਾ ਲੱਗਾ ਕਿ ਬੰਦਾ ਇਧਰੋਂ ਅਫੀਮ ਲੈ ਕੇ ਆ ਰਿਹਾ ਹੈ ਹੂੰ ਹੂੰ ਇੱਕ ਬੰਦਾ ਅਫੀਮ ਲੈ ਕੇ ਆ ਰਿਹਾ ਸੀ ਜਿਹਨੂੰ ਫੜ ਲਿਆ ਜੀ ਫੜ ਕੇ ਪਰਚਾ ਦਿੱਤਾ ਗ੍ਰਿਫਤਾਰ ਕਰ ਲਈ ਗ੍ਰਿਫਤਾਰੀ ਹੋ ਗਈ ਕੌਣ ਸੀ ਉਹ ਬੰਦਾ ਉਹ ਬੰਦਾ ਇੱਕ ਪੁਲਿਸ ਦੇ ਏਐਸਆਈ ਦਾ ਪ੍ਰਾਸੀ ਠੀਕ ਹੈ ਜੀ ਉਨੇ ਫਿਰ ਉਹ ਸਾਰਾ ਪ੍ਰਬੰਧ ਕੀਤਾ ਕਿ ਇਹਨੂੰ ਮੰਜੀਏ ਇਹਨੂੰ ਇਹਨੂੰ ਮੰਜਨ ਵਾਸਤੇ ਫਿਰ ਉਹ ਸਾਰੇ ਦਾ ਸਾਰਾ ਉਹਨੇ ਬਿਓ ਚਕ ਰਚਨਾ ਰਾਜ ਕੀ ਤੇ ਉਹਨੂੰ ਕਰਵਾਤਾ ਸੀ ਬਹੁਤੇ ਵਾਰੀ ਇਹ ਗੱਲਾਂ ਵੀ ਹੋ ਜਾਂਦੀਆਂ ਹੋ ਜਾਂਦੀਆਂ ਵੱਡੇ ਅਫਸਰਾਂ ਨੂੰ ਕੋਈ ਪਤਾ ਨਹੀਂ ਲੱਗਦਾ ਉਹਨਾਂ ਨੇ ਕਹਿ ਵੀ ਗਏ ਯਾਰ ਠੀਕ ਹੈ ਬੰਦੇ ਕਿਉਂਕਿ ਬਦਨਾਮ ਹੈ ਵਿਭਾਗ ਪੈਸੇ ਇਕੱਠੇ ਕਰ ਵੀ ਇਹ ਜਿਹੜੇ ਜ਼ਰੂਰ ਲੈਂਦੇ ਹੋਣਗੇ ਅੱਜ ਮੈਂ ਪੰਜਾਬੀ ਟ੍ਰਿਬਿਊਨ ਚ ਖਬਰ ਪੜ ਰਿਹਾ ਸੀ ਜੀ ਕੁਝ ਬੰਦੇ ਖੜੇ ਆ ਉੱਥੇ ਉਹ ਕਹਿੰਦੇ ਜੀ ਅਸੀਂ ਕਿਸੇ ਕਿਸਾਨ ਯੂਨੀਅਨ ਦੇ ਲੀਡਰਾਂ ਜੀ ਬਿਜੀਲੈਂਸ ਨੇ ਕੰਮ ਚਗਾ ਕੀਤਾ ਜੇ ਬਿਜੀਲੈਂਸ ਢਿੱਲੀ ਪਊਗੀ ਤਾਂ ਅਸੀਂ ਫਿਰ ਯੂਨਿਲੀਅਨ ਸਟੇ ਕਲੱਬ ਜਿੰਦਾਬਾਦ ਮੁਰਜ਼ਾਬਾਦ ਕਰਾਂਗੇ ਜੀ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਗੜਬੜ ਕੁਝ ਹੈਗੀ ਹੈ ਇਹ ਵੀ ਇੱਕ ਜਿਹੜੇ ਸੱਜਣ ਮਿੱਤਰ ਹੈ ਉਹ ਕਹਿੰਦੇ ਸੀ ਕਹਿੰਦੇ ਸੀਗੇ ਕਹਿੰਦੇ ਕਾਨੂੰਗੋ ਪੱਤਰਕਾਰਨ ਫੋਨ ਕਰ ਰਿਹਾ ਸੀ ਵੀ ਛੇਤੀ ਆਓ ਬਾਈਟ ਕਰੋ ਛੇਤੀ ਆਓ ਬਾਈਟ ਕਰੋ ਚਲੋ ਮੈਂ ਨਾਂ ਤਾਂ ਡਿਸਕਲੋਜ਼ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਨਹੀਂ ਡਿਸਕਲੋਜ਼ ਕਰਨ ਨੂੰ ਪਰ ਉਹਨਾਂ ਨੇ ਘੱਟੋ ਘੱਟ ਮੈਨੂੰ 150 ਸ਼ਬਦ ਦਾ ਇੱਕ ਮੈਸੇਜ ਲਿਖ ਕੇ ਭੇਜਿਆ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਡੀਐਸਪੀ ਜੀ ਜਿਹੜਾ ਅਦਾਲਤ ਚ ਬਰੀ ਹੋ ਚੁੱਕਾ ਹੈ ਹੂੰ ਉਹਦੇ ਖਿਲਾਫ ਇੱਕ ਕੇਸ ਦਰਜ ਹੋਇਆ ਸੀ ਜੀ ਕੇਸ ਦਰਜ ਹੋਇਆ ਸੀ ਕਿ ਉਹ ਕਿਸੇ ਔਰਤ ਨੂੰ ਬਲੈਕਮੇਲ ਕਰਕੇ ਉਹਨੂੰ ਨੇ ਹੋਟਲ ਦੇ ਕਮਰੇ ਚ ਬੁਲਾਇਆ ਸੀ ਅਤੇ ਉਹਦਾ ਸਰੀਰਕ ਸ਼ੋਸ਼ਣ ਹੋ ਰਿਹਾ ਹੈ ਹੋ ਰਿਹਾ ਹੈ ਅਤੇ ਉਹ ਜਿਹੜਾ ਸੀਗਾ ਸਿਲਸਲਾ ਸਾਰਾ ਜਿਹੜਾ ਪੁਲਿਸ ਨੂੰ ਇਹ ਨਹੀਂ ਸੀ ਪਤਾ ਬੰਦਾ ਕੌਣ ਹੈ ਹੂੰ ਤੇ ਉਹਦਾ ਜੀ ਚੱਲ ਪਿਆ ਕੰਮ ਜੀ ਚੱਲਣ ਤੋਂ ਬਾਅਦ ਫਿਰ ਜਿਹੜੇ ਪੱਤਰਕਾਰ ਮੌਕੇ ਤੇ ਬੁਲਾਏ ਗਏ ਜੀ ਪੁਰਸੂ ਨੂੰ ਜਪਤਾ ਲੱਗਿਆ ਤਾਂ ਸਾਡਾ ਡੀਐਸਪੀ ਵੱਡੇ ਅਫਸਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਇਹ ਕੀ ਕੀਤਾ ਐਰਪੀਐਸਪੀ ਦਾ ਪਤਾ ਨਹੀਂ ਕੀ ਚੱਕਰ ਹੋ ਗਿਆ ਕੀ ਚੱਕਰ ਹੋ ਸਕਦਾ ਉਹਦਾ ਕੋਈ ਸੋਰ ਸੋਚ ਸਕਦਾ ਉਹ ਕੀ ਗੱਲ ਕਰਦੇ ਆਪਾਂ ਇਹ ਤੇ ਪਰਚਾ ਨਾ ਦੇਗੀ ਉਹਨਾਂ ਨੇ ਇੱਕ ਪੱਤਰਕਾਰ ਦਾ ਨਾਲ ਲਿਆ ਤਾਂ ਹੂੰ ਕਹਿੰਦੇ ਫਲਾਣਾ ਪੱਤਰਕਾਰ ਹੈ ਜੀ ਉਹਨੇ ਇੱਕ ਅਫਸਰ ਨੂੰ ਕਿਹਾ ਕਹਿੰਦੇ ਜੀ ਤੁਸੀਂ ਉਹਦੇ ਨਾਲ ਗੱਲ ਕਰ ਲਓ ਕਹਿੰਦਾ ਕਰ ਲੈਣਾ ਹੂੰ ਪਰ ਕਹਿੰਦਾ ਇੱਕ ਗੱਲ ਯਾਦ ਰੱਖਿਓ ਰਿਕਾਰਡ ਕਰਦਾ ਹੈ ਜੀ ਉਹਨੂੰ ਰਿਕਾਰਡਿੰਗ ਦੀ ਆਦਤ ਹੈ ਉਹ ਵੀ ਡਰ ਗਿਆ ਹੂੰ ਤੇ ਫਿਰ ਪਰਚਾ ਹੋਇਆ ਪਰਚਾ ਹੋਣ ਦਾ ਨਤੀਜਾ ਹੋਇਆ ਕਿ ਸਾਡਾ ਹੋਣ ਹਾਰ ਪੱਤਰਕਾਰ ਇਸ ਨਮੋਸ਼ੀ ਦਾ ਮਾਰੇ ਖੁਦਕੁ ਬਿਲਕੁਲ ਬੜਾ ਕੁਝ ਹੁੰਦਾ ਹੈ ਇਸ ਕਰਕੇ ਜੇ ਜੇ ਉੱਥੇ ਵੀ ਮਤਲਬ ਉੱਥੇ ਵੀ ਪੱਤਰਕਾਰ ਇਹਨ ਜਿੱਥੇ ਪੱਤਰਕਾਰ ਇਨਵੋਲ ਹੋ ਜਾਣ ਹਾਂ ਹਾਂ ਤੇ ਫਿਰ ਸਮਝ ਲਓ ਕਿ ਮਾਮਲਾ ਗੜਬੜ ਹੈ ਗੜਬੜ ਹੈ ਜੀ ਜੀ ਤੇ ਹੁਣ ਮਾਮਲਾ ਗੜਬੜ ਨਮਜੂਦ ਕਰ ਸਿੱਧੂ ਨਾਲ ਵੀ ਹੋ ਗਿਆ ਜੀ ਵਿਚਾਰੀ ਨਾ ਵਿਚਾਰੀ ਇੱਕ ਤਾਂ ਕੈਂਸਰ ਤੋਂ ਉੱਠੀ ਸੀ ਮਸੀਬਤਾਂ ਨਹੀਂ ਮਾਰੀਆਂ ਮਸੀਬਤਾਂ ਦੀ ਮਾਰੀ ਪਹਿਲੀ ਗੱਲ ਤਾਂ ਵੀ ਜੀਵਨ ਸਾਥੀ ਨੂੰ ਕੈਦ ਹੋ ਗਈ ਕੈਦ ਹੋ ਗਈ ਤੇ ਉਹ ਨਵਜੋਤ ਸਿੰਘ ਸਿੱਧੂ ਕਹਿੰਦਾ ਕਿ 323 ਦੇ ਵਿੱਚ ਇੱਕ ਹੌਲਦਾਰ ਜਮਾਂਤ ਲੈ ਲੈਂਦੇ ਤੇ ਮੈਂ ਸਾਲ ਭਰ ਅੰਦਰ ਬੈਠਾ ਰਿਆ ਅੰਦਰ ਬੈਠਾ ਰਿਆ ਬਿਲਕੁਲ ਤੇ ਸੈਲੀਬ੍ਰਿਟੀ ਹੋਏ ਬੰਦਾ ਬਤਲ ਜਿਹੜੇ ਬੰਦੇ ਨੇ ਇੰਜੋਏ ਕੀਤੀ ਹੋਵੇ ਪਾਵਰ ਜੀ ਉਹਨੂੰ ਜੇਲ੍ਹ ਜਾਣਾ ਪਏ ਤਾਂ ਨਾਲ ਵਾਲੀ ਗੱਲ ਸਭ ਛੋਟੀ ਗੱਲ ਨਹੀਂ ਹੁੰਦੀ ਜੀ ਜਿਹੜਾ ਸਰ ਦਾ ਸਾਈਂ ਜੇਲ੍ਹ ਚਲਾ ਗਿਆ ਹੂੰ ਹੂੰ ਤੇ ਆਪ ਚੌਥੀ ਸਟੇਜ ਕੈਂਸਰ ਦੀ ਪੇਸ਼ੈਂਟ ਮੈਂ ਕਿਹਾ ਧੰਨਾ ਉਹ ਵੀ ਬੀਬੀ ਆਰ ਜੀ ਨੇ ਏਡੀ ਜਦੋਜਾਦ ਕਰਕੇ ਉਹ ਕੈਂਸਰ ਕਿ ਜਿਹੜੀ ਚਲੋ ਮੇਰੇ ਖਿਆਲ ਰੀਨ ਟੀਨ ਉਹਦੇ ਕੋਲੇ ਹੁੰਦੀ ਆ ਕਿਉਂਕਿ ਇਹਨਾਂ ਨੂੰ ਤਰਕਾਤ ਰਖੂ ਚੰਗੀ ਮਿਲ ਜਾਂਦੀ ਹੈ ਹਾਂਜੀ ਥੋੜਾ ਬਹੁਤਾ ਬੰਦਾ ਫਿਰ ਇਨਵੈਸਟਮੈਂਟ ਵਗੈਰਾ ਵੀ ਕਰਨੀ ਸ਼ੁਰੂ ਕਰ ਲੈਂਦੇ ਚਾਰ ਪੈਸੇ ਹੋਣਗੇ ਤੇ ਉਹਦੇ ਤੇ ਵੀ ਹੁਣ ਆਪਾਂ ਕੁਝ ਕਰੀਏ ਤੇ ਮੈਂ ਖਬਰ ਪੜਕੇ ਮੈਨੂੰ ਹਾਸੀ ਵੀ ਆਵੇ ਵੀ ਯਾਰ ਵੱਡੇ ਵੱਡੇ ਬੰਦਿਆਂ ਨਾਲ ਵੀ ਠੱਗੀ ਹੋ ਜਾਂਦੀ ਹੈ ਉਹ ਕਹਿੰਦੇ ਵੀ ਰੰਜੀਤ ਐਵੇਨਿਊ ਦੇ ਵਿੱਚ ਉਹਦੇ ਕੋਈ ਜਿਹੜੇ ਜਾਣ ਪਛਾਣ ਵਾਲੇ ਬੰਦੇ ਸੀ ਜੀ ਇੱਕ ਤਾਂ ਉਹਦਾ ਨਿੱਜੀ ਸਹਾਇਕ ਹੀ ਸੀ ਬਸ ਉਹੀ ਰਗੜਦਾ ਇੱਕ ਕੋਈ ਹੋਰ ਸੀ ਉਹ ਕਹਿੰਦੇ ਜੀ ਮੈਡਮ ਹੂੰ ਫਲਾਂ ਜਿਹੜਾ ਹੈਗਾ ਨਾ ਇੱਕ ਸ਼ੋਪਿੰਗ ਕੰਪਲੈਕਸ ਜੀ ਰੰਜੀਤਪੁਰ ਵਿੱਚ ਬੜਾ ਜ਼ਬਰਦਸਤ ਹੈ ਉੱਥੇ ਜਿਹੜਾ ਹੈ ਨਾ ਇੱਕ ਆਪਾਂ ਨੂੰ ਮਿਲਦਾ ਐਸਈਓ ਅੱਛਾ ਹੀ ਦੁਕਾਨ ਮਿਲਦੀ ਆਪਾਂ ਨੂੰ ਦੁਕਾਨ ਮਿਲਦੀ ਹੈ ਦੁਕਾਨ ਵਾਸਤੇ ਆਪਾਂ ਨੂੰ ਮਿਲ ਜਣਾ ਤੇ ਸਾਫ ਸਿਰਦਾ ਮਿਲ ਜਣਾ ਹੈ ਅੱਛਾ ਹੀ ਤੇ ਆਪਾਂ ਨੂੰ ਕੁਝ ਪੈਸੇ ਪਹਿਲਾਂ ਦਿਨੇ ਬੈਣਗੇ ਤੇ ਬਾਕੀ ਫਿਰ ਉਹ ਆਪਦੇ ਰਜਿਸਟ੍ਰ ਰਿਸ਼ਤੇਦਾਰਾਂ ਨਹੀਂ ਵੇਚਣਾ ਉਹਨਾਂ ਦੇ ਰਜਿਸਟਰੀ ਕਰਵਾ ਦੇਣਗੇ ਕਹਿੰਦੀ ਕਰ ਲਓ ਗੱਲ ਠੀਕ ਹੈ ਉਹ ਕਹਿੰਦੇ ਕਰੋੜ ਰੁਪਈਆ ਤਾਂ ਆਪਾਂ ਉਹਨਾਂ ਦੇ ਖਾਤੇ ਖਾਤੇ ਜਮਾ ਕਰਵਾ ਦੇਣੇ ਤੇ ਬਾਕੀ ਆਪਾਂ ਉਹ ਦੇ ਦੇਣੇ ਇਹ ਆਮ ਹੁੰਦਾ ਹੈ ਹਮ ਹਮ ਕਰੋੜ ਰੁਪਈਆ ਜੀ ਕਹਿੰਦੇ ਉਹਨਾਂ ਨੇ ਖਾਤੇ ਚ ਪਵਾ ਲਿਆ ਜੀ ਕਿਹਦੇ ਖਾਤੇ ਚ ਪਾਇਆ ਇਹ ਨਹੀਂ ਪਤਾ ਰੱਬ ਜਾਣਦਾ ਦੂਜਾ ਕਹਿੰਦੇ ਲਿਆਓ ਜੀ ਫਿਰ ਆਪਾਂ ਉਹਨਾਂ ਦੇ ਰਿਸ਼ਤੇਰਾਂ ਨੂੰ ਦੇ ਦੇਨੇ ਕਹਿੰਦੇ ਕਰੋੜ ਹੋਰ ਦੇਤਾ ਜੀ 2 ਕਰੋੜ ਰੁਪਈਆ ਚਲਾ ਗਿਆ ਪਰ ਨਾ ਟੁਣੀਆਂ ਨਾ ਪੱਤ ਨਾ ਕੋਈ ਕੀਆ ਦੇਉਂਦੇ ਇਕਰਾਰਨਾਮਾ ਕੁਝ ਨਹੀਂ ਵਸ ਐਵੇਂ ਤਾਂ ਬੁਧਾਤਾ ਨਾ ਕੁਝ ਕੁਝ ਵੀ ਨਹੀਂ ਪਤਾ ਚਲੋ ਚਲੋ ਜੀ ਕਹਿੰਦੇ ਠੀਕ ਐ ਹੁਣ ਬੀਬੀ ਨਵਜੋਤ ਕੌਰ ਸਿੱਧੂ ਨੇ ਐਪਲੀਕੇਸ਼ਨ ਦਿੱਤੀ ਜੀ ਪੁਲਿਸ ਨੂੰ ਕਿ ਜੀ ਮੇਰੇ ਨਾਲ ਤਾਂ ਆ ਪਣਾ ਵਾਫਰ ਗਿਆ ਅੱਛਾ ਜੀ ਮੇਰਾ ਆਪਦਾ ਜਿਹੜਾ ਹੈਗਾ ਨਿੱਜੀ ਸਖਤਰ ਨਿੱਜੀ ਸਹਾਇਕ ਤੇ ਨਾਲ ਉਹ ਦਾ ਵਿਸ਼ਵਾਸ ਕਰਦਾ ਨਾਲ ਉਹਦਾ ਇੱਕ ਜਾਨੂੰ ਜਣੂ ਆ ਪਤਾ ਉਹਦਾ ਲਿਖਾਇਆ ਜਾਲਾ ਉਹ ਦੋਨਾਂ ਨੇ ਕਹਿੰਦੇ 2 ਕਰੋੜ ਰੁਪਏ ਦੀ ਠੱਗੀ ਹੋ ਗਈ ਉਹਨੂੰ ਤਾਂ ਮੇਰੇ ਕੋਲ ਦਰਹੀ ਕੱਖ ਨਹੀਂ ਦੱਸੋ ਜਿਵੇਂ ਈ ਤੋਤਾ ਇਹ ਤੋਤਾ ਇਹ ਹੁਣ ਮਾਮਲਾ ਜਿਹੜਾ ਹੈਗਾ ਕਿਉਂਕਿ ਤੁਹਾਨੂੰ ਪਤਾ ਉੱਥੇ ਦੋ ਹੈ ਅੰਮ੍ਰਿਤਸਰ ਦੋ ਹਿੱਸਿਆਂ ਚ ਵੰਡੇ ਹੋਇਆ ਇੱਕ ਕਮਿਸ਼ਨਰ ਰੇਟ ਹੈ ਇੱਕ ਦਿਹਾਤੀ ਹੈ ਇੱਕ ਦਿਹਾਤੀ ਹੈ ਕਮਿਸ਼ਨਰ ਰੇਟ ਤੇ ਤਾਂ ਹੈਗੇ ਕਮਿਸ਼ਨਰ ਸਾਹਿਬ ਪੁੱਲਰ ਸਾਹਿਬ ਪੁੱਲਰ ਸਾਹਿਬ ਅਗੁਰਪ੍ਰੀਤ ਸਿੰਘ ਤੇ ਦੂਜੇ ਪਾਸੇ ਇਹ ਰਹਿਗੇ ਚਰਨਜੀਤ ਸਿੰਘ ਸੋਲ ਹੈ ਹੂੰ ਬੰਦੇ ਖਰਦੋ ਨਹੀਂ ਠੀਕ ਹੈ ਮੈਂ ਸੋਲ ਸਾਹਿਬ ਨੂੰ ਵੀ ਕਾਰੀ ਮਿਲਿਆ ਹੂੰ ਤੇ ਪੂਰੇ ਸਭ ਤਾਂ ਆਪਣੇ ਲੰਬਸ ਮਾਰੇ ਕੀ ਗਏ ਲੇਕੀ ਗਏ ਹਾਂ ਜੀ ਤਾਂ ਉਹ ਹੁਣ ਜਿਹੜੀ ਹੈ ਕਿਉਂਕਿ ਇਧਰ ਗਾਂ ਸੈਲੀਬ੍ਰਿਟੀ ਹੈ ਇਹ ਵੀ ਘਟ ਨਹੀਂ ਗਏ ਮੇਰਾ ਖਿਆਲ ਹੈ ਵੀ ਕੁਝ ਕਰਨਗੇ ਕਾਰਵਾਈ ਤਾਂ ਕਰਨੀ ਪੈਣੀ ਹੈ ਇਹੋ ਵਿੰਗ ਵਾਲਾ ਨੂ ਦਿੱਤਾ ਹੋਇਆ ਕੇਸ ਉਹ ਕੇਸ ਰਜਿਸਟਰ ਕਰਕੇ ਤੇ ਪਰਤਾਲ ਪੜਤੂਲ ਕਰਕੇ ਕਰ ਲੈਣਗੇ ਬ੍ਰਾਮ ਜੀ ਕ੍ਰਿਸ਼ਨ ਕੁਛਤਾ ਕੋਈ ਕਰ ਲੈਣਗੇ ਪਰ ਇਹਨਾਂ ਵੀ ਏਡੇ ਵੱਡੇ ਬੰਦਿਆਂ ਨੂੰ ਵੀ ਥੋੜਾ ਜਿਹਾ ਦੇਖ ਲੈਣਾ ਚਾਹੀਦਾ ਵੀ ਤੁਸੀਂ ਪਰ ਮੈਨੂੰ ਨਹੀਂ ਤੁਹਾਨੂੰ ਦੇਖੋਗੇ ਕੀ ਹੁਣ ਪੀਏ ਤੋਂ ਵੱਧ ਤਾਂ ਵਿਸ਼ਵਾਸ ਪੱਤਰ ਕੋਈ ਨਹੀਂ ਨਹੀਂ ਉਹ ਗੱਲ ਹੈ ਵੀ ਉਹ ਦੇ ਹੁਣ ਮੈਂ ਤੁਹਾਡੇ ਨਾਲ ਠੱਗੀ ਮਾਰ ਜਾ ਇੱਕ ਗੱਲ ਦੱਸੋ ਤੁਸੀਂ ਕੀ ਕਰੋਗੇ ਇਹ ਵੀ ਜਵਾਬ ਦੇ ਦੇ ਹਾਂ ਨਹੀਂ ਇਹ ਤਾਂ ਖਰੇ ਨਹੀਂ ਗੱਲ ਬਰੇ ਇਹਨਾਂ ਕ ਤਾਂ ਤੁਸੀਂ ਮੈਨੂੰ ਵੀ ਚੈੱਕ ਕਰੋ ਕਿ ਨਹੀਂ ਵੀ ਇਹਨੂੰ ਠੱਗਿਆ ਠੱਗਿਆ ਮਾਰਦੀ ਆ ਤੇ ਕੀ ਨਹੀਂ ਹਾਂ ਇਹਨਾਂ ਕ ਤਾਂ ਦੇਖੋ ਤਾਂ ਤੁਸੀਂ ਦੇਖੋਗੇ ਵੀ ਇਹ ਕਿਉਂ ਜ ਹੈ ਹਾਂ ਹੈ ਨਹੀਂ ਪਰ ਹਟਦੇ ਨਹੀਂ ਜੀ ਕਹਿੰਦੇ ਤਾਂ ਦੁੱਧ ਤੇ ਪੁੱਤ ਦਾ ਪਿੱਟਦੇ ਦਾ ਕੋਈ ਪਤਾ ਨਹੀਂ ਲੱਗਦਾ ਕੋਈ ਪਤਾ ਨਹੀਂ ਲੱਗਦਾ ਠੀਕ ਹੈ ਗੱਲ ਤੁਹਾਡੀ ਠੀਕ ਇੱਕ ਬੜਾ ਸਿਆਣੇ ਕਹਿੰਦਾ ਹੁੰਦਾ ਵੀ ਚਲੋ ਆਪਾਂ ਕਾਹਨੂੰ ਕਹਿੰਦੇ ਬੰਦੇ ਦੀ ਜਿਹੜੀ ਮਤ ਤਾਂ ਕਿਹੜੀ ਉਮਰ ਚ ਕਦੋਂ ਵਿਗੜ ਜੇ ਆ ਬਿਲਕੁਲ ਬੇਈਮਾਨੀ ਤਾਂ ਕਦੋਂ ਆਜ ਬੰਦਾ ਹਾਂਜੀ ਸੋ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਸੋ ਪ੍ਰੋਗਰਾਮ ਸ਼ਾਮ